ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਾਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਹੁਣੇ ਗੁਰਮੁਖ ਪਿਆਰਿਆਂ ਦੀ ਪਾਵਨ ਰਸਨਾ ਤੋਂ ਗੁਰੂ ਪ੍ਰਤਾਪ ਨਾਮੇ ਗ੍ਰੰਥ ਜੋ ਸਾਡੀ ਕੌਮ ਦੇ ਮਹਾਨ ਵਿਦਵਾਨ ਗਿਆਨੀ ਸੰਤੋਖ ਸਿੰਘ ਦੀ ਅਨਮੋਲ ਰਚਨਾ ਹੈ ਉਹਦੇ ਵਿੱਚੋਂ ਇੱਕ ਪ੍ਰਕਰਨ ਸਰਵਣ ਕੀਤਾ। ਉਸ ਪ੍ਰਕਰਨ ਦਾ ਮੂਲ ਧੁਰਾ ਇਹ ਸੀ ਕਿ ਪਰਮੇਸ਼ਰ ਦੇ ਪਿਆਰੇ ਜੋ ਵੀ ਬਚਨ ਕਰ ਦੇਣ ਉਹ ਟਲਦਾ ਨਹੀਂ, ਉਹ ਪੂਰਾ ਹੋ ਜਾਂਦਾ। ਔਰ ਉਹ ਜੋ ਬਚਨ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਉਹ ਉਸ ਅਵਸਥਾ ਤੱਕ ਕਿਵੇਂ ਪਹੁੰਚਦੇ ਨੇ, ਇਸ ਪੱਖ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਅਸੀਂ ਗੁਰੂ ਕੀ ਬਾਣੀ 'ਚ ਪੰਕਤੀਆਂ ਪੜ੍ਹਦੇ ਹਾਂ, ਛੁੱਟੇ ਤਾਂ ਕਿ ਬੋਲ ਸਾਹਿਬ ਨਦਰ ਜਿਸ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਨਾ ਉਹਨਾਂ ਦੇ ਬਚਨ ਦੇ ਨਾਲ ਜਿਹੜੇ ਬੱਜੇ ਨੇ ਉਹ ਵੀ ਛੁੱਟ ਜਾਂਦੇ ਨੇ। ਮੈਂ ਇੱਕ ਤੁਹਾਨੂੰ ਇੱਥੋਂ ਆਪਣੀ ਅੱਡ ਬੀਤੀ ਨਿੱਕੀ ਜਿਹੀ ਗੱਲ ਸੁਣਾਵਾਂ ਵੀ ਉਹਨਾਂ ਦੀ ਜ਼ਬਾਨ 'ਚ ਕਿੰਨੀ ਤਾਕਤ, ਮੁੜ ਕੇ ਮੈਂ ਇਸ ਗੱਲ ਦੀ ਵਿਆਖਿਆ ਕਰਾਂਗਾ। ਸਾਡੇ ਅੱਤ ਸਤਿਕਾਰਯੋਗ ਬ੍ਰਹਮ ਗਿਆਨੀ ਤੱਤ ਬੇਤੇ ਵਿਦਿਆ ਮਾਰ ਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸਾਡੇ ਨਗਰ ਵਿੱਚ 13 ਵੇਰਾ ਗਏ ਨੇ। ਮੇਰੀ ਕਿਸੇ ਨੇ ਪੱਗ ਲਾ ਦਿੱਤੀ, ਉਹਨੂੰ ਮੈਂ ਥਾਂ 'ਤੇ ਮਾਰ ਕੇ ਪੇਸ਼ ਹੋ ਗਿਆ ਅਤੇ ਮੇਰੇ ਪਿੰਡ ਦੇ ਬਜ਼ੁਰਗਾਂ ਨੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਵੀ ਸਾਡਾ ਭੁਜੰਗੀ ਫਸ ਗਿਆ। ਉਹ ਕਹਿਣ ਲੱਗੇ ਉਹਦਾ ਬਾਲ ਵਿੰਗਾ ਨਹੀਂ ਹੋਏਗਾ, ਇਹ ਹੱਡ ਬੀਤੀ ਜੇ ਵੀ ਸੰਤ ਮਹਾਂਪੁਰਸ਼ਾਂ ਦੀ ਬਚਨ 'ਚ ਕਿੰਨੀ ਤਾਕਤ ਹੈ। ਇੱਕ ਤਾਂ ਪੁਰਾਣੇ ਇਤਿਹਾਸ ਦੀਆਂ ਗੱਲਾਂ ਨੇ, ਪਤਾ ਨਹੀਂ ਹੋਇਆ ਕਿ ਨਹੀਂ ਹੋਇਆ, ਲੋਕ ਕਿੰਤੂ ਕਰਨਗੇ। ਇਹ ਮੇਰੀ ਹੱਡ ਬੀਤੀ ਹੈ ਅਤੇ ਕੱਲ੍ਹ ਦੀ ਗੱਲ ਹੈ। ਮਹਾਂਪੁਰਸ਼ ਕਹਿਣ ਲੱਗੇ
ਉਹਦਾ ਵਾਲ ਨਹੀਂ ਪਿੰਗਾ ਹੋਵੇਗਾ, ਚੜ੍ਹਦੀ ਕਲਾ ਹੋ ਜਾਏਗੀ। ਦਿਨ ਦਾ 11 ਵਜੇ ਅਤੇ ਪੱਗ ਲਾਈ ਅਤੇ ਥਾਂ ਮਾਰ ਕੇ ਮੈਂ ਪੇਸ਼ ਹੋਇਆ ਵੀ ਮੈਂ ਬੰਦਾ ਮਾਰਿਆ। ਗੁਰਮੁਖੋ ਮੈਨੂੰ ਹਾਈ ਕੋਰਟ ਨੇ ਸੈਸ਼ਨ ਜੱਜ ਨੇ ਸਜ਼ਾ ਦਿੱਤੀ 10 ਸਾਲ ਦੀ। ਹਾਈ ਕੋਰਟ ਨੇ ਉਹ ਸਜ਼ਾ ਨੂੰ ਬਰਕਰਾਰ ਰੱਖਿਆ। ਮੈਨੂੰ ਦਾੜ੍ਹੀ ਨਹੀਂ ਸੀ ਆਈ, ਮੈਂ ਉਹਦੇ ਬੱਚਾ ਸਾਂ, ਲੇਕਿਨ ਉਹਨਾਂ ਮਹਾਂਪੁਰਸ਼ਾਂ ਦੇ ਬਚਨ ਦੀ ਤਾਕਤ ਤੁਸੀਂ ਜਾ ਕੇ ਕਾਗਜ਼ ਕਢਾ ਕੇ ਵੇਖ ਸਕਦੇ ਹੋ ਹੁਸ਼ਿਆਰਪੁਰੋਂ। ਜੇਲ੍ਹ ਵਾਲਿਆਂ ਨੇ ਸਿਫਾਰਿਸ਼ ਕੀਤੀ ਵੀ ਇਹ ਜਿਹੜਾ ਬੱਚਾ ਹੈ ਨਾ, ਇਹਨੂੰ ਕਾਨੂੰਨ ਨੇ ਨਜਾਇਜ਼ ਸਜ਼ਾ ਦਿੱਤੀ ਅਤੇ ਜੇ ਜੇਲ੍ਹ 'ਚ ਰਿਹਾ ਤਾਂ ਹੋ ਸਕਦਾ ਵੀ ਇਹ ਗਲਤ ਅਨਸਰ ਨਾਲ ਗਲਤ ਹੋ ਜਾਏ, ਇਹਨੂੰ ਤੁਰੰਤ ਰਿਹਾ ਕਰਨਾ ਚਾਹੀਦਾ। ਇਹ ਹੱਡ ਬੀਤੀ ਹੈ ਕਿ ਹਾਈ ਕੋਰਟ ਦੇ ਸੈਸ਼ਨ ਜੱਜ ਦਾ ਕੀਤਾ ਹੋਇਆ ਫੈਸਲਾ ਸੰਤ ਗਿਆਨੀ ਗੁਰਭਜਨ ਸਿੰਘ ਖਾਲਸਾ ਦੇ ਨਾਲ ਫੈਸਲਾ ਬਦਲ ਗਿਆ। ਪਰ ਇਹ ਅਵਸਥਾ ਹਰ ਇੱਕ ਦੀ ਨਹੀਂ। ਗੁਰੂ ਕੀ ਬਾਣੀ ਦੇ ਵਿੱਚ ਉਹਨਾਂ ਪੁੱਜੀਆਂ ਹੋਈਆਂ ਰੂਹਾਂ ਨੂੰ ਵੱਖ ਵੱਖ ਵਿਸ਼ੇਸ਼ਣਾਂ ਦੇ ਨਾਲ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਿਆਨ ਕੀਤਾ ਹੈ। ਕਿਤੇ ਉਹਨਾਂ ਨੂੰ ਗੁਰਮੁਖ ਆਖਿਆ ਗਿਆ, ਕਿਤੇ ਉਹਨਾਂ ਨੂੰ ਸਾਧ ਆਖਿਆ ਗਿਆ, ਕਿਤੇ ਉਹਨਾਂ ਨੂੰ ਭਗਤ ਕਰਕੇ ਜ਼ਿਕਰ ਕੀਤਾ ਗਿਆ, ਅਤੇ ਕਿਤੇ ਉਹਨਾਂ ਨੂੰ ਸੰਤ ਦੇ ਰੂਪ ਵਿੱਚ ਮੇਰੇ ਪਾਤਸ਼ਾਹ ਮਹਾਰਾਜ ਨੇ ਸਨਮਾਨ ਦਿੱਤਾ। ਲੇਕਿਨ ਮੈਂ ਤਕਰੀਬਨ ਮੰਜੀ ਸਾਹਿਬ ਤੋਂ ਇਸ ਪੱਖ 'ਤੇ ਬੋਲਦਾ ਰਹਿੰਦਾ, ਸੰਤ ਲਿਬਾਸ ਦਾ ਨਾਮ ਨਹੀਂ, ਸੰਤ ਪਰਾਵੇ ਦਾ ਨਾਮ ਨਹੀਂ, ਸੰਤ ਜੀਵਨ ਦਾ ਨਾਮ ਹੈ। ਜਿਵੇਂ ਅਸੀਂ ਗੁਰਬਾਣੀ 'ਚੋਂ ਪੰਕਤੀਆਂ ਪੜ੍ਹਦੇ ਹਾਂ, ਜਿਹਨਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਅਤੇ ਸੇਈ ਨਾਨਕਾ ਪੂਰ ਸੋਈ ਸੰਤ। ਜਦੋਂ ਮੈਂ ਗਰਾਸ ਦੀ ਗੱਲ ਕਰਦਾ ਤਾਂ ਮੈਨੂੰ ਆਪਣਾ ਚਾਚਾ ਦਾ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਚੇਤੇ ਆਉਂਦੇ, ਮੈਂ ਦਮਦਮੀ ਟਕਸਾਲ ਵਿੱਚ ਦਾਖਲ ਹੋਇਆ ਅਤੇ ਉਹਨਾਂ ਨੇ ਮੈਨੂੰ ਪਹਿਲੀ ਮੁਲਾਕਾਤ ਵਿੱਚ ਦੋ ਗੱਲਾਂ ਕਹੀਆਂ ਵੀ ਇੱਕ ਬਾਬੇ ਠਾਕੁਰ ਸਿੰਘ ਦਾ ਬਚਨ ਨਾ ਮੋੜੀ ਅਤੇ ਦੂਜਾ ਪੁੱਤਰਾ ਜਦੋਂ ਤੂੰ ਪ੍ਰਸ਼ਾਦਾ ਪਾਣੀ ਛਕਣਾ ਅਤੇ ਸ਼ਲੋਕ ਕੰਠ ਕਰ ਲੈ ਲਾਜ਼ਮੀ ਪੜ੍ਹਿਆ ਕਰਨਾ, ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅੰਬੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਮੈਨੂੰ ਪਹਿਲੀ ਸੰਤਿਆ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਨੇ ਦਿੱਤੀ ਅਤੇ ਮੇਰਾ ਪਰਿਵਾਰਕ ਸੰਬੰਧ ਸੀ। ਮੈਂ ਆਖਿਆ ਵੀ ਮਹਾਂਪੁਰਸ਼ਾਂ ਦਾ ਮਤਲਬ ਕੀ? ਉਹ ਕਹਿਣ ਲੱਗੇ, ਪੁੱਤਰ ਤੂੰ ਆਖਿਰਕਾਰ ਸੰਸਾਰ ਵਿੱਚ ਵਿਚਰਨਾ, ਪ੍ਰਸ਼ਾਦਾ ਪਾਣੀ ਛਕਣਾ ਅਤੇ ਜਦੋਂ ਇਹ ਬੰਦਾ ਖੁਰਾਕ ਖਾਂਦਾ ਨਾ ਅਤੇ ਖੁਰਾਕ ਨਾਲ ਬੰਦੇ ਦੇ ਅੰਦਰ ਕੈਲਰੀਜ ਪੈਦਾ ਹੁੰਦੀ ਹੈ, ਕਲੋਰੀਆਂ ਪੈਦਾ ਹੁੰਦੀਆਂ ਨੇ, ਐਨਰਜੀ ਬਣਦੀ ਹੈ। ਇਸ ਕਰਕੇ ਸ਼ਲੋਕ ਦੇ ਵਿੱਚ ਗੁਰੂ ਦੇ ਅੱਗੇ ਅਰਦਾਸ ਕੀਤੀ ਹੈ, ਕਰ ਪ੍ਰਸਾਦ ਗੁਰਦੇਵ। ਇਹਨੂੰ ਸੰਪਰਦਾ ਲੋਕ ਕਹਿੰਦੇ ਨੇ ਅਨਵੇਂ ਕਰਕੇ ਅਰਥ ਕਰਨਾ, ਕਰ ਪ੍ਰਸਾਦ ਗੁਰਦੇਵ। ਹੇ ਮੇਰੇ ਗੁਰਦੇਵ, ਮੇਰੇ 'ਤੇ ਮਿਹਰ ਕਰ, ਮੇਰੇ 'ਤੇ ਕਿਰਪਾ ਕਰ ਕਿ ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਮੇ। ਜਦੋਂ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਹਾਂ ਤਾਂ ਇਹ ਲਾਜ਼ਮੀ ਪੜ੍ਹਿਆ ਕਰੋ, ਗੁਰੂ ਕੇ ਸਿੱਖ ਹੀ ਸ਼ਲੋਕ ਲਾਜ਼ਮੀ ਪੜ੍ਹਦੇ ਹਨ, ਤਾਂ ਕਿ ਇਹ ਅੰਨ ਖਾ ਕਰਕੇ ਮੇਰੇ 'ਤੇ ਵਿਕਾਰ ਹਾਵੀ ਨਾ ਹੋ ਜਾਣ, ਮੇਰੇ ਅੰਦਰ ਤਮੇ ਦਾ ਲੋਭ ਦਾ ਪ੍ਰਭਾਵ ਨਾ ਪੈ ਜਾਏ, ਮੈਂ ਹੰਕਾਰੀ ਨਾ ਹੋ ਜਾਵਾਂ। ਇਉਂ ਪੰਜਾਂ ਔਗਣਾਂ ਤੋਂ ਮੁਕਤ ਹੋਣ ਲਈ ਅਸੀਂ ਗੁਰੂ ਦੀ ਕਿਰਪਾ ਮੰਗਣੀ ਹੈ, ਗੁਰੂ ਦੀ ਰਹਿਮਤ ਮੰਗਣੀ ਹੈ, ਅਤੇ ਜਿਹਦੇ 'ਤੇ ਗੁਰੂ ਕਿਰਪਾ ਕਰਦੇ ਨਾ ਉਹ ਗੁਰਮੁਖੋ ਕੱਲ੍ਹ ਦਾ ਚੋਰ ਕਦੇ ਗੁਰੂ ਕਾ ਸੀਨਾ ਬਣ ਜਾਂਦਾ ਹੈ। ਇਹ ਸਾਖੀ ਸਾਰਿਆਂ ਨੂੰ ਪਤਾ ਹੈ ਕਿ ਸ਼ੀਨੇ ਪਿੰਡ ਦਾ ਰਹਿਣ ਵਾਲਾ ਜਿਹਦੇ ਨਾਨਕੇ ਸਰਿਆਲੀ ਪਿੰਡ ਵਿੱਚ ਸਨ, ਉਹ ਆਪਣੇ ਨਾਨਕਿਆਂ ਦੇ ਸੰਸਕਾਰਾਂ ਦੇ ਮੁਤਾਬਕ ਚੋਰੀ ਕਰਨ ਲੱਗ ਪਿਆ। ਬਾਬੇ ਵਿਧੀ ਚੰਦ ਦਾ ਨਾਨਕੇ ਪਿੰਡ ਵੱਡੀ ਸਰਿਆਲੀ ਹੈ, ਉਹਨਾਂ ਨੇ ਉੱਥੋਂ ਪਸ਼ੂ ਚੋਰੀ ਕੀਤੇ, ਮਗਰ ਬਾਹਰ ਲੱਗ ਗਈ ਅਤੇ ਜੀ ਭਿਆਣੇ ਇੱਕ ਪਰਮੇਸ਼ਰ ਦੇ ਪਿਆਰੇ ਦੇ ਕੋਲ ਚਲੇ ਗਏ। ਉਹਨਾਂ ਦਾ ਨਾਮ ਭਾਈ ਅਦਲੀ ਕਰਕੇ ਦਰਜ ਹੈ ਇੱਥੇ ਇਤਿਹਾਸ ਵਿੱਚ। ਕਹਿਣ ਲੱਗੇ, ਭਾਈ ਕਿਵੇਂ ਆਇਆ? ਕਹਿਣ ਲੱਗਾ, ਮੈਂ ਚੋਰ ਹਾਂ। ਆਪਣੇ ਆਪ ਨੂੰ ਚੋਰ ਕਹਿਣਾ ਬੜਾ ਔਖਾ ਹੈ,
ਮੈਂ ਮੰਜੀ ਸਾਹਿਬ ਇੱਕ ਨੁਕਤੇ 'ਤੇ ਤਕਰੀਬਨ ਜ਼ੋਰ ਦਿੰਦਾ ਰਹਿੰਦਾ, ਸਾਡਾ ਸੁਭਾਅ ਬਣਿਆ ਦੂਜਿਆਂ 'ਤੇ ਨੁਕਤਾਚੀ ਨਹੀਂ ਕਰਨ ਦਾ, ਉਹਦੇ ਵਿੱਚ ਆਹ ਔਗਣ, ਉਹਦੇ 'ਚ ਆਹ ਔਗਣ ਹੈ। ਅਤੇ ਜਿੰਨੇ ਮੇਰੇ ਭੈਣਾਂ ਭਰਾ ਹੋ ਨਾ, ਵੇਖੋ ਕੁਦਰਤ ਦੇ ਨਿਯਮ, ਆਪਾਂ ਜੋ ਦੂਜੇ ਵੱਲ ਉਂਗਲੀ ਕਰਦੇ ਹਾਂ ਉਦੋਂ ਤਿੰਨ ਉਂਗਲਾਂ ਸਾਡੀਆਂ ਆਟੋਮੈਟਿਕਲੀ ਆਪਣੇ ਵੱਲ ਹੋ ਜਾਂਦੀਆਂ ਨੇ। ਆਪਾਂ ਕਿਸੇ ਵੱਲ ਉਂਗਲ ਕਰੀਏ ਨਾ ਅਤੇ ਉਂਗਲ ਸਿੱਧੀ ਕਰ ਲਈ ਤਾਂ ਸ਼ਾਇਦ ਸਾਨੂੰ ਖੇਚਲ ਕਰਨੀ ਪੈ, ਲੇਕਿਨ ਤਿੰਨ ਉਂਗਲਾਂ ਆਟੋਮੈਟਿਕਲੀ ਸਾਡੇ ਵੱਲ ਹੋ ਜਾਂਦੀਆਂ ਨੇ। ਅਤੇ ਸਾਨੂੰ ਗੁਰੂ ਪਰਮੇਸ਼ਰ ਕਹਿੰਦਾ, ਭਲਿਆ ਤੂੰ ਦੂਜਿਆਂ 'ਤੇ ਉਂਗਲਾਂ ਤਾਂ ਕਰਦਾ ਪਰ ਕਿਤੇ ਆਪਣੇ ਅੰਦਰ ਵੀ ਝਾਤੀ ਮਾਰ ਲਾ। ਜੇ ਆਪਾਂ ਇੱਕ ਇੱਕ ਉਂਗਲ ਤੋਂ 25% ਲਈਏ ਤਾਂ ਉਹਦਾ ਭਾਵ ਹੈ ਵੀ ਉਹਦੇ 'ਚ 25% ਔਗਣ ਨੇ, ਤੇਰੇ 'ਚ 75 ਨੇ, ਦੂਜਿਆਂ ਨੂੰ ਮਾੜਾ ਕਿਵੇਂ ਕਹਿੰਦਾ ਹੈ। ਸਾਡਾ ਸੁਭਾਅ ਬਣਿਆ ਦੂਜਿਆਂ ਨੂੰ ਮਾੜਾ ਕਹਿਣਾ ਅਤੇ ਆਪਣੇ ਆਪ ਨੂੰ ਚੰਗਾ ਕਹਿਣਾ। ਪਰ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰਦੇ। ਜੇ ਤੈਨੂੰ ਵਾਹਿਗੁਰੂ ਨੇ ਬੁੱਧੀ ਬਖਸ਼ੀ ਹੈ, ਸਮਰੱਥ ਬਖਸ਼ੀ ਹੈ, ਅਤੇ ਗੁਰਮੁਖਾ ਝਾਤੀ 'ਚ ਆਪਣੀ ਬੁੱਕਲ 'ਚ ਮਾਰ ਅਤੇ ਆਪਣੇ ਔਗਣਾਂ ਦੀ ਪੜਤਾਲ ਕਰ, ਦੂਜਿਆਂ 'ਤੇ ਤੂਮਤਾ ਨਾ ਲਾ, ਦੂਜਿਆਂ ਦੇ ਔਗਣ ਨਾ ਆਰੋਪ। ਆਪਾਂ ਸਾਰੀ ਐਨਰਜੀ ਤਕਰੀਬਨ ਦੂਜਿਆਂ ਦੇ ਔਗਣਾਂ 'ਤੇ ਲਾਉਂਦੇ ਹਾਂ, ਦੂਜਿਆਂ ਦੇ ਉਹਦੇ ਵਿੱਚ ਆਹ ਔਗਣ, ਉਹਦੇ 'ਚ ਆਹ ਗੁਣ ਹੈ। ਇੱਥੇ ਮੈਨੂੰ ਇੱਕ ਸੰਤ ਗਿਆਨੀ ਕਰਤਾਰ ਜਰਨੈਲ ਸਿੰਘ ਖਾਲਸਾ ਦੀ ਗੱਲ ਚੇਤੇ ਆ ਗਈ, ਗੁਰੂ ਨਾਨਕ ਨਿਵਾਸ ਦੀ ਘਟਨਾ ਹੈ। ਮੇਰਾ ਸ਼ਰੀਕੇ 'ਚੋਂ ਭਰਾ ਲੱਗਦਾ ਹੈ, ਕਾਫੀ ਵੱਡਾ ਹੈ, ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਕਹਿਣ ਲੱਗਾ, ਜੀ ਤੁਹਾਡੇ 'ਤੇ ਉਮਰਾ ਨੰਗਲ ਬੜੀਆਂ ਤੋਹਮਤਾਂ ਲਾਉਂਦਾ ਅਤੇ ਤੁਸੀਂ ਕਦੇ ਬੋਲੇ ਹੀ ਨਹੀਂ, ਬਿਆਨ ਹੀ ਨਹੀਂ ਦਿੰਦੇ, ਇਹ ਹੱਡ ਬੀਤੀ ਘਟਨਾ ਜੇ। ਸੰਤ ਕਿਹਨੂੰ ਕਹਿੰਦੇ ਨੇ, ਬਣਨਾ ਬੜਾ ਔਖਾ ਹੈ। ਮਹਾਂਪੁਰਸ਼ ਕਹਿਣ ਲੱਗੇ ਭਾਈ ਪ੍ਰੀਤਮ ਸਿੰਘ ਆ, ਵੀ ਤੁਸੀਂ ਆਪਣੇ ਘਰ ਕੂੜਾ ਕਰਕਟ ਗੋਹਾ ਵਗੈਰਾ ਸਾਫ਼ ਕਰਨ ਲਈ ਕੋਈ ਸੇਵਾ ਰੱਖਿਆ? ਉਹ ਕਹਿੰਦਾ, ਜੀ ਅਸੀਂ ਬੀਬੀ ਰੱਖੀ, ਸਾਡੇ ਪਿੰਡ 'ਚ ਰਿਵਾਜ਼ ਹੈ। ਅਤੇ ਕਹਿਣ ਲੱਗੇ, ਕੀ ਦਿੰਦੇ? ਉਹ ਕਹਿੰਦੇ, ਜੀ ਅਸੀਂ ਉਹਨੂੰ ਹਾੜੀ ਸੋਹਣੀ ਦਾਲੇ ਦਿੰਦੇ ਹਾਂ, ਹੋਰ ਵੀ ਜੇ ਕਿਤੇ ਉਹਦੀ ਲੋੜ ਹੋਵੇ ਤਾਂ ਪੂਰੀ ਕਰਦੇ ਹਾਂ। ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਕਹਿਣ ਲੱਗੇ, ਵੀ ਤੁਸੀਂ ਹਾੜੀ ਸੋਹਣੀ, ਉਹਨੂੰ ਦਾਣੇ ਵੀ ਦਿੰਦੇ ਹੋ, ਆਪਣੇ ਕੋਲ ਉਹਨੂੰ ਝਾੜੂ ਵੀ ਦਿੰਦੇ ਹੋ, ਅਤੇ ਜਿਹੜਾ ਮੇਰੀ ਨਿੰਦਿਆ ਕਰਦਾ ਨਾ, ਮੈਂ ਉਹਨੂੰ ਕਦੇ ਕੁਝ ਕੁਝ ਵੀ ਨਹੀਂ ਦਿੱਤਾ। ਉਹ ਮੇਰੀ ਜ਼ਬਾਨ ਦੇ ਨਾਲ ਮੈਲ ਚੱਟਦਾ ਅਤੇ ਮੇਰੇ ਕੋਲ ਕਿਤੇ ਆਵੇ ਅਤੇ ਮੈਂ ਉਹਨੂੰ ਸਨਮਾਨਿਤ ਕਰਾਂ। ਇਹ ਹੈ ਸੰਤ ਦਾ ਜੀਵਨ, ਬੁਰੇ ਨਾਲ ਬੁਰਿਆਈ ਕਰਨੀ, ਮਾਫ਼ ਕਰਨ ਕੀ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਵਿਧੀ ਚੰਦ ਜੀ ਉਸ ਭਾਈ ਅਦਲੀ ਦੇ ਡੇਰੇ ਚਲੇ ਗਏ, ਛੱਪੜ ਦੇ ਨਾਲ ਉਹਦਾ ਡੇਰਾ ਸੀ। ਕਹਿਣ ਲੱਗਾ, ਬਾਬਾ ਜੀ ਕਿਰਪਾ ਕਰੋ। ਕਹਿਣ ਲੱਗੇ, ਗੁਰਮੁਖਾ ਕਿਰਪਾ ਤਾਂ ਗੁਰੂ ਨੇ ਕਰਨੀ ਹੈ। ਆਪਾਂ ਸਿੱਖ ਹਾਂ, ਸਾਰੇ ਧਿਆਨ ਦੇ, ਅੱਜ ਬੜੀ ਸਾਦੀ ਜੀ ਗੱਲ ਹੈ, ਸਾਨੂੰ ਕੋਈ ਵੀ ਮਿਲ ਪੈ ਨਾ, ਅਸੀਂ ਅੰਮ੍ਰਿਤਸਰ ਪੰਜਾਬ 'ਚੋਂ ਆਉਂਦੇ ਅਤੇ ਕੋਈ ਰਾਗੀ ਕੋਈ ਗਿਆਨੀ, ਅਤੇ ਤੁਸੀਂ ਕਹਿੰਦੇ ਸਾਡੇ 'ਤੇ ਕਿਰਪਾ ਕਰੋ, ਇਹ ਨਾ ਕਿਹਾ ਕਰੋ। ਆਲ ਦੈਟ ਗਲਿਟਰਸ ਇਜ ਨਾਟ ਗੋਲਡ, ਹਰ ਚਮਕਦੀ ਚੀਜ਼ ਸੋਨਾ ਨਹੀਂ। ਸਾਡੇ ਲਿਬਾਸ ਨੂੰ ਵੇਖ ਕੇ ਭਰਮ ਨਾ ਜਾਇਆ ਕਰੋ, ਮੰਗਤਿਆਂ ਦੇ ਮੰਗਤੇ ਨਾ ਬਣਿਆ ਕਰੋ। ਗੁਰੂ ਕੀ ਬਾਣੀ 'ਚ ਕੇਵਲ ਅਤੇ ਕੇਵਲ ਇਹ ਲਿਖਿਆ ਗੁਰਪ੍ਰਸਾਦ, ਇਹ ਨਹੀਂ ਲਿਖਿਆ ਵੀ ਗਿਆਨੀ ਪ੍ਰਸਾਦ, ਇਹ ਨਹੀਂ ਲਿਖਿਆ ਵੀ ਸਿੰਘ ਸਾਹਿਬ ਪ੍ਰਸਾਦ, ਇਹ ਨਹੀਂ ਲਿਖਿਆ ਬਾਬਾ ਪ੍ਰਸਾਦ, ਗੁਰਪ੍ਰਸਾਦ ਲਿਖਿਆ। ਕਿਰਪਾ ਕੇਵਲ ਅਤੇ ਕੇਵਲ ਗੁਰੂ ਕੋਲੋਂ ਮੰਗਣੀ ਹੈ, ਮੰਗਤਿਆਂ ਦੇ ਮੰਗਤੇ ਨਹੀਂ ਬਣਨਾ। ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਸੱਚੇ ਗੁਰੂ ਨੂੰ ਛੱਡ ਕੇ ਅਤੇ ਮਨ ਦੇ ਮਗਰ ਲੱਗ ਕੇ ਬੰਦਿਆਂ ਦੇ ਬੰਦੇ ਨਾ ਬਣੀਏ। ਭਾਈ ਅਦਲੇ ਨੂੰ ਕਹਿਣ ਲੱਗਾ, ਬਾਬਾ ਜੀ ਮੇਰੇ 'ਤੇ ਕਿਰਪਾ ਕਰੋ। ਅਤੇ ਭਾਈ ਅਦਲੀ ਜੀ ਕਹਿਣ ਲੱਗੇ, ਗੁਰਮੁਖਾ ਆ ਲੈ ਮਾਲਾ, ਅਤੇ ਵਾਹਿਗੁਰੂ ਵਾਹਿਗੁਰੂ ਕਰੀ ਚੱਲ, ਵਾਹਿਗੁਰੂ ਕਿਰਪਾ ਕਰ ਦੇਗਾ। ਓਨੇ ਚਿਰ ਨੂੰ ਉਹ ਆਲੀ ਪਿੰਡ ਦੇ ਜ਼ਿਮੀਂਦਾਰ ਜਿਨ੍ਹਾਂ ਦੀਆਂ ਮੱਝਾਂ ਸਨ ਆਏ,
ਤੇ ਕਹਿਣ ਲੱਗੇ ਭਾਈ ਜੀ ਬੜਾ ਦੁੱਖ ਹੋਇਆ, ਬੜਾ ਮਾਨ ਸਨਮਾਨ ਸੀ ਤੁਹਾਡਾ, ਇਲਾਕੇ 'ਚ ਅਸੀਂ ਬੜਾ ਸਤਿਕਾਰ ਕਰਦੇ ਸਾਂ, ਪਰ ਅੱਜ ਸਾਨੂੰ ਸ਼ੱਕ ਪਿਆ ਵੀ ਤੁਹਾਡੇ ਡੇਰੇ ਵਿੱਚ ਚੋਰ ਹੈ। ਕਹਿਣ ਲੱਗੇ ਪ੍ਰੇਮੀਓ ਆ ਬੰਦਾ ਮੇਰੇ ਕੋਲ ਇੱਕ ਹੈ, ਜੇ ਤੁਹਾਨੂੰ ਚੋਰ ਜਾਪਦਾ ਤਾਂ ਲੈ ਜਾਓ। ਇਹ ਗੱਲ ਯਾਦ ਰੱਖਣੀ, ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ, ਜਦੋਂ ਬੰਦੇ ਨੂੰ ਦੁੱਖ ਹੁੰਦਾ ਨਾ ਉਦੋਂ ਬੜਾ ਬੰਦਾ ਇਕਾਗਰ ਚਿੱਤ ਹੋ ਕੇ ਪਰਮਾਤਮਾ ਨੂੰ ਚੇਤੇ ਕਰਦਾ ਹੈ। ਜਾਂ ਪਰ ਯਾਦ ਰੱਖਿਆ ਜੇ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੂਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਜੇ ਕਿਤੇ ਉਸ ਮੌਕੇ ਵੀ ਮਨੁੱਖ ਨੂੰ ਪਰਮਾਤਮਾ ਚੇਤੇ ਆ ਜੇ, ਮੁਸੀਬਤ ਦੇ ਸਮੇਂ ਵੀ ਤਾਂ ਕਹਿੰਦੇ ਤੱਤੀ ਵਾਰ ਨਹੀਂ ਲੱਗਦੀ, ਪਰ ਚੇਤੇ ਕਰਨਾ ਬੜਾ ਔਖਾ ਹੈ, ਕਿਉਂਕਿ ਆਪਾਂ ਪੜ੍ਹਦੇ ਆਖਣ ਔਖਾ ਸਾਚਾ ਨਾਓ। ਕਿਸੇ ਬੰਦੇ ਨੂੰ ਆਖੇ ਨਾ ਵੀ 2.5 ਘੰਟੇ ਪਾਠ ਕਰੀ ਚੱਲ, ਅਤੇ ਕਹਿੰਦਾ ਜੀ ਮੇਰਾ ਸਰੀਰ ਸਾਥ ਨਹੀਂ ਦਿੰਦਾ, ਗੋਡੇ ਦੁਖਦੇ ਨੇ, ਅਤੇ ਨਿੰਦਿਆ ਚੁੱਕ ਲਈ ਆਪਾਂ ਭਾਵੇਂ 7.5 ਘੰਟੇ ਕਰੀ ਜੀ, ਕਦੇ ਥੱਕੇ ਹੀ ਨਹੀਂ, ਸਾਡਾ ਸੁਭਾਅ ਬਣਿਆ, ਸਾਡੇ ਸੰਸਕਾਰ ਨੇ। ਤੋ ਗੁਰਮੁਖੋ ਉਹ ਕਹਿਣ ਲੱਗੇ ਨਾ ਭਾਈ ਸਾਹਿਬ ਜੀ ਕੋਈ ਚੋਰ ਥੋੜ੍ਹਾ। ਜਦੋਂ ਉਹ ਮੱਝਾਂ ਵਾਲੇ ਜ਼ਿਮੀਂਦਾਰ ਵਾਪਸ ਮੁੜ ਗਏ ਅਤੇ ਬਾਬਾ ਵਿਧੀ ਚੰਦ ਦਾ ਸੁਭਾਅ ਬੜਾ ਖੁਸ਼ ਦਿਲ ਸੀ, ਬੜਾ ਨਿਰਲ ਸੁਭਾਅ ਸੀ, ਕਹਿਣ ਲੱਗੇ ਬਾਬਾ ਅੱਜ ਤਾਂ ਬਚ ਗਏ ਅਤੇ ਤੇਰੀ ਇਸ ਮਾਲਾ 'ਚ ਬੜੀ ਕਰਾਮਾਤ ਹੈ ਅਤੇ ਮੈਨੂੰ ਦੇ ਦੇ। ਭਾਈ ਅਦਲੀ ਜੀ ਕਹਿਣ ਲੱਗੇ ਵੀ ਮਿੱਤਰਾ ਇਹਦੇ 'ਚ ਕਰਾਮਾਤ ਨਹੀਂ, ਕਰਾਮਾਤ ਜਿਹੜਾ ਤੂੰ ਨਾਮ ਜਾਪਿਆ ਉਹਦੇ 'ਚ ਹੈ, ਅਤੇ ਫਿਰ ਮਹਾਂਪੁਰਸ਼ੋ ਕਿਰਪਾ ਕਰੋ ਮੈਨੂੰ ਆਪਣਾ ਚੇਲਾ ਬਣਾ ਲਓ। ਕਹਿਣ ਲੱਗੇ ਗੁਰਮੁਖਾ ਜੇ ਤੂੰ ਚੇਲੇ ਬਣਨ ਦੀ ਗੱਲ ਕਰਦਾ ਨਾ ਅਤੇ ਜਿਨ੍ਹਾਂ ਦਾ ਮੈਂ ਸਿੱਖ ਤੈਨੂੰ ਮੈਂ ਉਹਨਾਂ ਕੋਲ ਲੈ ਚੱਲਦਾ। ਇੱਥੇ ਇੱਕ ਇਹ ਨੁਕਤਾ ਸੀ ਲੈਣਾ, ਜਿਹੜਾ ਗੁਰੂ ਕਾ ਸਿੱਖ ਗੁਰੂ ਨਾਲ ਜੋੜਦਾ, ਜਿਹੜਾ ਆਪਣੇ ਨਾਲ ਜੋੜਦਾ ਉਹ ਗੁਰੂ ਕਾ ਸਿੱਖ ਨਹੀਂ। ਅਸੀਂ ਗੁਰੂ ਘਰ ਦੇ ਪ੍ਰਚਾਰਕ ਪੰਜਾਬ 'ਚੋਂ ਆਉਂਦੇ ਹਾਂ ਅਤੇ ਅਸੀਂ ਕਹਿੰਦੇ ਮੇਰੀ ਫੋਟੋ ਡਰਾਇੰਗ ਰੂਮ 'ਚ ਲਾ ਲਓ, ਵੀ ਤੇਰੀ ਫੋਟੋ ਕੀ ਕਰੇਗੀ ਭਲਾ, ਪੁਜਾਰੀ ਅਸੀਂ ਸ਼ਬਦ ਹਾਂ ਅਤੇ ਆਪਣੀਆਂ ਫੋਟੋਆਂ ਤੁਹਾਡੇ ਡਰਾਇੰਗ ਰੂਮਾਂ 'ਚ ਲਵਾ ਕੇ ਜਾਂਦੇ ਹਾਂ, ਇਹ ਗੁਰਮਤ ਨਹੀਂ। ਗੁਰੂ ਕਾ ਸਿੱਖ ਉਹ ਹੈ ਜਿਹੜਾ ਗੁਰੂ ਨਾਲ ਜੋੜੇ, ਆਪਣੇ ਨਾਲ ਨਹੀਂ। ਸਾਡੀ ਤਾਂ ਅਵਸਥਾ ਇਹ ਬਣ ਗਈ ਵੀ ਮੇਰੋ ਹੀ ਧਿਆਨ ਧਰੋ ਨਿਸਬਾਸਰ, ਔਰ ਕੋ ਭੂਲ ਕੇ ਨਾ ਮੰਨ ਲੀਜੇ, ਵੀ ਮੇਰਾ ਹੀ ਨਾਂ ਲਓ। ਅਸਲੀ ਗੁਰਸਿੱਖ ਜਿਹੜਾ ਗੁਰੂ ਨਾਲ ਜੋੜੇ। ਭਾਈ ਅਦਲੀ ਜੀ ਕਹਿਣ ਲੱਗ, ਗੁਰਮੁਖਾ ਜਿਨ੍ਹਾਂ ਦਾ ਮੈਂ ਸਿੱਖ ਤੈਨੂੰ ਉਹਨਾਂ ਕੋਲ ਲੈ ਚੱਲਦਾ। ਭਾਈ ਅਦਲੀ ਜੀ ਵਿਧੀ ਚੰਦ ਨੂੰ ਨਾਲ ਲੈ ਕਰਕੇ ਤਰਨ ਤਾਰਨ ਸਾਹਿਬ ਪਹੁੰਚ ਗਏ। ਜਿਹੜਾ ਮੈਂ ਤੁਹਾਨੂੰ ਬਚਨ ਸੁਣਾ ਰਿਹਾ ਨਾ, ਇਹ ਮੈਂ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਹੋਏ ਨੇ ਉਹਨਾਂ ਕੋਲ ਪੜ੍ਹਿਆ, ਕਿਤਾਬ 'ਚ ਮੈਂ ਕਦੇ ਨਹੀਂ ਪੜ੍ਹਿਆ, ਬਾਕੀ ਸਾਖੀ ਤਾਂ ਪ੍ਰਚਲਿਤ ਹੈ, ਪਰ ਜਿਹੜਾ ਉਹਨਾਂ ਨੇ ਪੜ੍ਹਾਇਆ ਨਾ ਉਹ ਇਹ ਹੈ ਕਿ ਜਦੋਂ ਉੱਥੇ ਚਲੇ ਗਏ ਨਾ ਅਤੇ ਉਹਨਾਂ ਨਗਰ ਵਾਲਿਆਂ ਨੂੰ ਪਤਾ ਚੱਲਿਆ ਵੀ ਜਿਹੜਾ ਬੰਦਾ ਭਾਈ ਅਦਲੀ ਦੇ ਕੋਲ ਬੈਠਾ ਸੀ ਵਾਕਿਆ ਚੋਰ ਉਹ ਸੀ, ਉਹ ਤਰਨ ਤਰਨ ਪਹੁੰਚ ਗਿਆ। ਮੈਂ 13ਵੀਂ ਜਮਾਤ ਵਿੱਚ ਸੈਯਦ ਮੁਹੰਮਦ ਲਤੀਫ ਦੀ ਜਿਹੜੀ ਕਿਤਾਬ ਹੈ ਹਿਸਟਰੀ ਆਫ ਪੰਜਾਬ ਪੜ੍ਹੀ, ਸਾਨੂੰ ਲੱਗੀ ਕਾਲਜ ਵਿੱਚ, ਔਰ ਉਸ ਸੈਯਦ ਲਤੀਫ ਨੇ, ਸੈਯਦ ਮੁਹੰਮਦ ਲਤੀਫ ਨੇ ਇੰਨਾ ਵੱਡਾ ਗਲਤ ਲਫ਼ਜ਼ ਲਿਖਿਆ ਵੀ ਸਾਡਾ ਪੜ੍ਹ ਕੇ ਤੇ ਸਰੀਰ ਦੇ ਰੌਂਗਟੇ ਖੜ੍ਹੇ ਹੋ ਜਾਂਦੇ। ਉਹ ਕਹਿੰਦਾ ਵੀ ਤਰਨ ਤਾਰਨ ਗੁਰੂ ਅਰਜਨ ਦੇਵ ਨੇ ਚੋਰਾਂ ਦਾ ਅੱਡਾ ਕਾਇਮ ਕੀਤਾ ਹੈ। ਕਿਤਾਬ ਦਾ ਨਾਮ ਜੀ ਹਿਸਟਰੀ ਆਫ ਪੰਜਾਬ, ਸੈਯਦ ਮੁਹੰਮਦ ਲਤੀਫ ਦੀ ਰਚਨਾ ਹੈ। ਭਾਈ ਵਿਧੀ ਚੰਦ ਜੀ, ਭਾਈ ਅਦਲੀ ਜੀ ਚਲੇ ਗਏ, ਮਗਰ ਉਹਨਾਂ ਦੇ ਉਹ ਨਗਰ ਵਾਸੀ ਵੀ ਚਲੇ ਗਏ ਅਤੇ ਕਹਿਣ ਲੱਗੇ ਮਹਾਰਾਜ ਬੜਾ ਦੁੱਖ ਦੀ ਗੱਲ ਹੈ ਕਿ ਸਾਨੂੰ ਪਤਾ ਲੱਗਾ ਵੀ ਤੁਹਾਡੇ ਕੋਲ ਚੋਰ ਆ ਗਿਆ। ਵੇਖੋ ਗੁਰੂ ਨਾਨਕ ਦੇ ਘਰ ਦੀ ਕਰਾਮਾਤ,
ਆਪਾਂ ਭਾਵੇਂ ਪੁੰਨੀ ਹੋਈਏ, ਭਾਵੇਂ ਪਾਪੀ ਹੋਈਏ, ਭਾਵੇਂ ਜੁਆਰੀਓ ਹੋਈਏ, ਭਾਵੇਂ ਕੁਝ ਵੀ ਸਾਡੇ ਅੰਦਰ ਗਲਤ ਤੱਤ ਹੋਵੇ ਨਾ, ਜਦੋਂ ਗੁਰੂ ਨਾਨਕ ਦੇ ਦਰ ਦੀਆਂ ਦਲੀਜਾਂ ਲੰਘ ਆਉਂਦੇ ਆ, ਉਦੋਂ ਹਰ ਬੁਲਾਰਾ ਕਹਿੰਦਾ ਗੁਰਮੁਖੋ। ਭਾਵੇਂ ਆਪਾਂ ਕਿੰਨੇ ਗਲਤ ਅਨਸਰ ਹੋਈਏ ਨਾ, ਇਹ ਨਹੀਂ ਕਹਿੰਦੇ ਵੀ ਅੱਧੇ ਗੁਰਮੁਖ ਨੇ ਅਤੇ ਅੱਧੇ ਮਨਮੁਖ ਨੇ, ਨਹੀਂ, ਗੁਰੂ ਨਾਨਕ ਦੇ ਦਰ ਵਿੱਚ ਆਉਣ ਨਾਲ ਸਾਨੂੰ ਗੁਰਮੁਖ ਦਾ ਅਹੁਦਾ ਮਿਲ ਜਾਂਦਾ, ਗੁਰੂ ਘਰ ਵਿੱਚ ਇਹ ਨਹੀਂ ਸਤਿਆ। ਉਹ ਕਹਿਣ ਲੱਗੇ ਵੀ ਗੁਰਮੁਖੋ, ਗੁਰੂ ਨਾਨਕ ਦੇ ਘਰ ਵਿੱਚ ਚੋਰਾਂ ਦਾ ਕੀ ਕੰਮ? ਜੇ ਤੁਹਾਡੇ ਮਨ ਵਿੱਚ ਸ਼ੰਕਾ ਤੇ ਤੁਸੀਂ ਨਿਗਾਹ ਮਾਰ ਲਓ ਭਾਈ, ਸਾਨੂੰ ਗਿਆਨੀ ਰਣਜੀਤ ਸਿੰਘ ਜੀ ਨੇ ਪੜ੍ਹਾਇਆ ਵੀ ਉਹ ਕਹਿਣ ਲੱਗੇ ਜੀ ਠੀਕ ਹੈ, ਜਦੋਂ ਬਾਬੇ ਵਿਧੀ ਚੰਦ ਦੇ ਕੋਲ ਉਹ ਨਗਰ ਨਿਵਾਸੀ ਆਉਣ ਅਤੇ ਗੁਰਦੇਵ ਕਹਿਣ ਭਾਈ ਤੁਹਾਡਾ ਕਿਤੇ ਚੋਰ ਆ ਤਾਂ ਨਹੀਂ, ਜਦੋਂ ਤਿੰਨ ਗੇੜੇ ਮਾਰੇ, ਆਖਰਕਾਰ ਉਹਨਾਂ ਦਾ ਮੁਖੀਆ ਕਹਿਣ ਲੱਗਾ ਵੀ ਪਾਤਸ਼ਾਹ ਸਾਨੂੰ ਕਿਉਂ ਸ਼ਰਮਿੰਦਿਆਂ ਕਰਦੇ ਹੋ, ਇਹ ਮਹਾਂਪੁਰਸ਼ ਚੋਰ ਕਿਵੇਂ ਹੋ ਸਕਦਾ। ਜਦੋਂ ਉਹ ਆਦਮੀ ਚਲੇ ਗਏ ਅਤੇ ਬਾਬਾ ਵਿਧੀ ਚੰਦ ਨੇ ਆਪਣੇ ਖੁਲਾਸੇ ਸੁਭਾਅ ਦੇ ਮੁਤਾਬਕ ਆਖਿਆ ਪਾਤਸ਼ਾਹ ਅੱਜ ਤਾਂ ਰੱਬ ਹੀ ਬਚਾ ਗਿਆ, ਮੈਂ ਤਾਂ ਬੜਾ ਕੰਬਦਾ ਸਾਂ। ਕਹਿੰਦੇ ਕਿਉਂ ਭਾਈ? ਕਹਿੰਦਾ ਪਾਤਸ਼ਾਹ ਨਾਲੇ ਮੈਂ ਚੋਰ ਅਤੇ ਨਾਲੇ ਤੁਸੀਂ ਕਹਿੰਦੇ ਸੀ ਵੀ ਤੁਹਾਡਾ ਚੋਰ ਕਿਤੇ ਚੋਰ ਆ ਤਾਂ ਨਹੀਂ, ਅਤੇ ਮੈਂ ਤਾਂ ਕੰਬਦਾ ਸਾਂ ਕਿਉਂਕਿ ਚੋਰ ਵੀ ਮੈਂ ਹਾਂ। ਅਤੇ ਕੋਲੋਂ ਭਾਈ ਗੁਰਦਾਸ ਜੀ ਕਹਿਣ ਲੱਗੇ ਗੁਰਮੁਖਾ ਫਿਰ ਤੈਨੂੰ ਨਾ ਪਤਾ ਕੀ ਕਿਹਾ, ਤੂੰ ਸੁਣਿਆ ਨਾ ਵੀ ਇਹ ਤਾਂ ਮਹਾਂਪੁਰਸ਼ ਹੈ। ਕਹਿਣ ਲੱਗਾ ਵਿਧੀ ਚੰਦ, ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਹੱਥ ਦੀ ਤਾਕਤ ਹੈ ਕਿ ਉਹਨਾਂ ਨੇ ਤੈਨੂੰ ਮਹਾਂਪੁਰਸ਼ ਆਖਿਆ, ਇਹ ਗੁਰੂ ਦੇ ਹੱਥ ਵਿੱਚ ਇਹਦੀ ਸਤਿਆ ਹੈ। ਇਸ ਪ੍ਰਕਾਰ ਗੁਰਮੁਖੋ, ਜਿਹੜਾ ਗੁਰੂ ਦਾ ਬਣ ਜਾ ਉਹ ਸੰਤ, ਜਿਹੜਾ ਗੁਰੂ ਦਾ ਬਣ ਜੇ ਉਹ ਗੁਰਮੁਖ, ਜਿਹੜਾ ਗੁਰੂ ਦਾ ਬਣ ਜੇ ਉਹ ਭਗਤ, ਜਿਹੜਾ ਗੁਰੂ ਦਾ ਬਣ ਜੇ ਉਹਨੂੰ ਕਹਿੰਦੇ ਨੇ ਸਾਧ। ਔਰ ਉਹਨਾਂ ਦੇ ਬਾਰੇ ਅੱਜ ਕਰਕੇ ਸਾਡੇ ਸਮਾਜ ਵਿੱਚ ਬਹੁਤ ਦੁਖਦਾਈ ਘਟਨਾਵਾਂ ਵਾਪਰੀਆਂ ਨੇ। ਕਈ ਬੰਦੇ ਕਹਿਣ ਲੱਗ ਪਏ ਵੀ ਕੋਈ ਸੰਤ ਹੀ ਹੈ ਨਹੀਂ। ਹੁਣ ਸਾਡੇ 'ਚ ਵੀ ਇੱਕ ਨਵਾਂ ਚੱਲਿਆ ਜੇ ਕੰਮ ਵੀ ਸੰਤ ਹੀ ਹੈ ਨਹੀਂ। ਉਹਨਾਂ ਵੀਰਾਂ ਨੂੰ ਬੇਨਤੀ ਕਰੀ ਦੀ ਭਰਾਓ, ਆਪਾਂ ਕਿਸੇ ਵਿਅਕਤੀ ਦੇ ਸਿੱਖ ਨਹੀਂ, ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਿੱਖ ਹਾਂ, ਆਪਾਂ ਕਿਸੇ ਗਿਆਨੀ ਕਿਸੇ ਸਿੰਘ ਸਭ ਕਿਸੇ ਹੋਰ ਦੀ ਗੱਲ ਨਹੀਂ ਮੰਨੀ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਤਾਂ ਗੁਰੂ ਮੰਨਦੇ ਹਨ, ਅਤੇ ਜਿਹੜੀ ਗੱਲ ਇਹ ਕਹਿਣ ਉਹਦੇ 'ਤੇ ਭਲਾ ਕਿੰਤੂ ਕਿਉਂ? ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਸੰਤ ਅਨੰਤ ਹੈ ਅੰਤਰ ਨਹੀਂ। ਅਨੰਤੇ ਤੋਂ ਭਾਵ ਹੈ ਪਰਮਾਤਮਾ, ਜਿਹਦਾ ਅੰਤ ਨਹੀਂ, ਜਿਹਦੀ ਲਿਮਿਟ ਨਹੀਂ। ਅੰਤ ਨਾ ਜਾਪੇ ਕੀਤਾਕਾਰ, ਅੰਤ ਨਾ ਜਾਪੈ ਪਾਰਾਵਾਰ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਮਾਲਕ ਕਹਿੰਦੇ ਨੇ ਗੁਰਮੁਖੋ, ਸੰਤ ਵਿੱਚ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ। ਆਪਾਂ ਇਹ ਵੀ ਪੜ੍ਹਦੇ ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਣਸ ਦਿਆ। ਆਪਾਂ ਇਹ ਵੀ ਪਾਠ ਕਰਦੇ ਹਾਂ ਹਰ ਜਨਮ ਦੀ ਏਕ ਹੈ ਬੇ ਵਿਚਾਰ ਕਸ਼ਦਾ ਹੈ, ਹਰੀ ਅਤੇ ਹਰੀ ਦੇ ਜਨਾਂ 'ਚ ਕੋਈ ਫਰਕ ਨਹੀਂ। ਪਰ ਆਖਿਰਕਾਰ ਹਰੀ ਦਾ ਜਨ ਬਣਦਾ ਕਿਵੇਂ? ਅਸੀਂ ਇੱਕ ਸਾਇੰਸ ਦਾ ਫਾਰਮੂਲਾ ਪੜ੍ਹਦੇ ਹਾਂ, ਨਾਈਟ੍ਰੋਜਨ ਪਲੱਸ ਹਾਈਡ੍ਰੋਜਨ ਇਕੁਅਲ ਟੂ ਪਾਣੀ। ਇਸੇ ਤਰ੍ਹਾਂ ਅਸੀਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ, ਮਾਤ ਪਿਤਾ ਬਿਨ ਬਾਲ ਨਾ ਹੋਈ। ਨਾ ਇਕੱਲੇ ਮਾਤਾ ਜੀ ਬੱਚੇ ਨੂੰ ਜਨਮ ਦੇ ਸਕਦੇ ਨੇ, ਨਾ ਇਕੱਲੇ ਪਿਤਾ ਜੀ ਜਨਮ ਦੇ ਸਕਦੇ ਨੇ, ਮਾਤਾ ਅਤੇ ਪਿਤਾ ਦੋਵਾਂ ਦਾ ਹੋਣਾ ਲਾਜ਼ਮੀ ਹੈ। ਇਸੇ ਪ੍ਰਕਾਰ ਗੁਰਮੁਖੋ, ਜਿੰਨਾ ਗੁਰੂ ਪਾਤਸ਼ਾਹ ਨੇ ਸਮਝ ਬਖਸ਼ੀ ਉਹਦੇ ਮੁਤਾਬਕ ਬੇਨਤੀ ਕਰਾਂ। ਜੇ ਸੰਤ ਦੀ ਪਛਾਣ ਕਰਨੀ ਤਾਂ ਇਹ ਫਾਰਮੂਲਾ, ਇਹ ਕਸਵੱਟੀ ਕੋਲ ਰੱਖਿਆ ਕਰੋ, ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਤ ਬਾਲੇ ਪਾਸ। ਸੰਤ ਦੀ ਪਛਾਣ ਹੈ ਵੀ ਇੱਕ ਤਾਂ ਉਹ ਸਤ ਬੋਲੇ, ਦੂਜਾ ਸੰਤੋਖੀ ਹੋਵੇ। ਤੁਸੀਂ ਕਹਿਣਾ ਵੀ ਵਾਰ ਵਾਰ ਪਤਾ ਨਹੀਂ ਗਿਆਨੀ ਘਰੋਂ ਲੜਕਿਆ ਵੀ ਅੱਜ ਤਵਾ ਹੀ ਲਾਈ ਜਾਂਦਾ ਹੈ। ਜੇ ਅਸੀਂ ਤੁਹਾਡੇ ਕੋਲੋਂ ਤੁਸੀਂ ਅਰਦਾਸ ਕਰਾਉਂਦੇ ਤਾਂ ਜਿਹੜਾ ਤਾਂ ਦਿੰਦਾ ਨਾ, ਬਹੁਤਾ ਪੌਂਡ ਸਾਡੇ ਹੱਥ 'ਚ, ਬਹੁਤਾ ਵੱਡਾ ਲਿਫਾਫਾ। ਅਸੀਂ ਕਹਿੰਦੇ ਗੁਰਮੁਖ ਪਰਿਵਾਰ,
ਅਤੇ ਕੋਈ ਵਿਚਾਰਾ ਨਹੀਂ ਦੇਣ ਜੋਗਾ ਉਹਦਾ ਅਸੀਂ ਫਾਵੜ ਕੇ ਅਰਦਾਸ ਕਰਦੇ ਹਾਂ, ਉਹਨੂੰ ਸੰਤ ਕਹੋਗੇ? ਵੀ ਕੀ ਗੁਰਮੁਖ ਪੌਂਡਾਂ ਨਾਲ ਅਤੇ ਰੁਪਈਆਂ ਦੇ ਨਾਲ ਹੈ? ਸਾਡੀ ਡਿਊਟੀ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਮਲਕ ਭਾਗੋ ਤਾਂ ਬਹੁਤੇ ਪੈਸੇ ਦੇ ਕੇ ਅਰਦਾਸ ਕਰਦੇ ਆ, ਭਾਈ ਲਾਲੋ ਦੀ ਕੌਣ ਕਰੇਗਾ? ਗੁਰੂ ਕੀ ਬਾਣੀ 'ਚ ਭਾਈ ਲਾਲੋ ਦਾ ਨਾਮ ਆਇਆ, ਮਲਕ ਭਾਗੋ ਦਾ ਨਹੀਂ। ਜਿਹਦੀ ਸਮ ਦ੍ਰਿਸ਼ਟੀ ਹੋਵੇ, ਉਹਦੀ ਜਾਨ ਜਾਵੇ, ਉਹਦੀ ਜਾਨ ਰਵੇ, ਇੱਕ ਸਾਤੋਂ ਨਾ ਬਦਲੇ ਅਤੇ ਦੂਜਾ ਸੰਤੋਖੀ ਹੋਵੇ। ਜਿਸ ਥਾਂ 'ਤੇ ਮੇਰੀ ਡਿਊਟੀ ਹੈ, ਇੱਥੇ ਮਹਾਰਾਜੇ ਰਣਜੀਤ ਸਿੰਘ ਦੇ ਮੌਕੇ 'ਤੇ ਗ੍ਰੰਥੀ ਸਿੰਘ ਹੋਏ ਨੇ, ਉਹਨਾਂ ਦਾ ਨਾਮ ਗਣੇਸ਼ਾ ਸਿੰਘ ਸੀ। ਔਰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਮੈਂ ਪੜ੍ਹ ਕੇ ਹੈਰਾਨ ਹੋ ਗਿਆ, ਵੀ ਉਹਨਾਂ ਦੇ ਕੋਲ ਲੋਹੇ ਦਾ ਤਵਾ ਵੀ ਨਹੀਂ ਸੀ। ਅਤੇ ਜੇ ਕਿਸੇ ਨੇ ਆਪ ਪੜ੍ਹਨਾ, ਤਸਦੀਕ ਕਰਨੀ ਵੀ ਸ਼ਾਇਦ ਕਿੱਥੇ ਲਿਖਿਆ, ਅਤੇ ਡਾਕਟਰ ਜਸਵੰਤ ਸਿੰਘ ਨੇਕੀ ਨੇ ਇੱਕ ਪੁਸਤਕ ਲਿਖੀ ਅਰਦਾਸ, ਉਹਦੇ 'ਚ ਉਹਨਾਂ ਜ਼ਿਕਰ ਕੀਤਾ ਵੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗਣੇਸ਼ਾ ਸਿੰਘ ਡਿਊਟੀ ਦਿੰਦੇ ਸਨ ਮਹਾਰਾਜੇ ਰਣਜੀਤ ਸਿੰਘ ਦੇ ਮੌਕੇ, ਅਤੇ ਉਹਨਾਂ ਦੇ ਕੋਲ ਮਿੱਟੀ ਦਾ ਤਵਾ ਸੀ, ਮਿੱਟੀ ਦਾ। ਮਹਾਰਾਜੇ ਰਣਜੀਤ ਸਿੰਘ ਨੂੰ ਪਤਾ ਚੱਲਿਆ, ਉਹ ਸਵੇਰੋ ਸਵੇਰ ਉਹਨਾਂ ਦੇ ਜਿੱਥੇ ਰਿਹਾਇਸ਼ ਹੋਵੇਗੀ ਉੱਥੇ ਗਏ, ਅਤੇ ਸੇਵਾਦਾਰ ਨੂੰ ਕਹਿਣ ਲੱਗੇ ਵੀ ਅੰਦਰ ਗਿਆਨੀ ਜੀ ਨੂੰ ਕਹੋ ਮਹਾਰਾਜਾ ਰਣਜੀਤ ਸਿੰਘ ਆਇਆ। ਕਹਿਣ ਲੱਗੇ ਪ੍ਰੇਮੀ, ਆਪਾਂ ਮਹਾਰਾਜ ਨੂੰ ਕੀ ਲੈਣਾ? ਆ ਤੁਸੀਂ ਕਿਤੇ ਪੰਜਾਬ ਵਿੱਚ ਜਾਓ ਨਾ, ਅਤੇ ਪਤਾ ਚੱਲੇ ਨਾ ਵੀ MLA ਡੇਰੇ ਆਉਂਦੇ, ਸਾਡਾ ਸੰਤ ਹੁੰਦਾ ਬਾਹਰਲੇ ਦਰਵਾਜ਼ੇ 'ਤੇ ਖਲੋਤਾ ਹੁੰਦਾ, ਪਤਾ ਨਹੀਂ MLA ਕੀ ਦੇ ਜਾਏਗਾ। MLA ਆਉਂਦਾ ਨਾ, ਨਿੱਕੀ ਜਿਹੀ ਚੀਜ਼ ਹੈ। 117 MLA ਨੇ ਪੰਜਾਬ 'ਚ, ਆਪਣੇ ਆਪ ਨੂੰ ਸੰਤ ਖਵਾਉਣ ਵਾਲਾ MLA ਦੀ ਇੰਤਜ਼ਾਰ ਕਰਦਾ, ਉਹ ਸੰਤ ਨਹੀਂ। ਪ੍ਰਵਾਹ ਨਾਹੀਂ ਕਿਸੇ ਕੇਰੀ ਬਾਹਰ ਸੱਚੇ ਲਾਏ, ਜਿਹੜਾ ਵਾਹਿਗੁਰੂ ਦੀ ਪ੍ਰਵਾਹ ਕਰੇ ਬੇਪ੍ਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ। ਕਹਿਣ ਲੱਗੇ ਭਾਈ ਸਾਡਾ ਮਹਾਰਾਜਾ ਨਾਲ ਕੀ ਕੰਮ? ਮਹਾਰਾਜੇ ਰਣਜੀਤ ਸਿੰਘ ਨੇ ਇੱਕਦਮ ਆਪਣਾ ਵਿਚਾਰ ਬਦਲ ਕੇ ਅਤੇ ਕਹਿਣ ਲੱਗੇ ਪ੍ਰੇਮੀਆਂ, ਨਹੀਂ ਨਹੀਂ, ਉਹਨਾਂ ਨੂੰ ਕਹੋ ਵੀ ਰਣਜੀਤ ਸਿੰਘ ਮਿਲਣ ਵਾਸਤੇ ਆਏ। ਕਹਿੰਦਾ ਜੀ ਰਣਜੀਤ ਸਿੰਘ ਆਏ, ਕਹਿੰਦੇ ਉਹਨਾਂ ਨੂੰ ਆਉਣ ਦਿਓ ਜੀ, ਆਇਆਂ ਨੂੰ ਫਤਿਹ ਬੁਲਾਈ। ਆਪਾਂ ਫਤਿਹ ਤੋਂ ਬੜਾ ਗਰੇਜ ਕਰਨ ਲੱਗ ਪਏ ਹਾਂ, ਕਿਸੇ ਨੂੰ ਗੁੱਡ ਮੋਰਨਿੰਗ ਕਹਿਣ ਲੱਗ ਪਏ, ਕਿਸੇ ਨੂੰ ਗੁੱਡ ਆਫਟਰਨੂਨ, ਕਿਸੇ ਨੂੰ ਕਦੇ ਕਹਿੰਦੇ ਨੇ ਗੁੱਡ ਨਾਈਟ। ਤਿੰਨ ਚਾਰ ਚੀਜ਼ਾਂ ਸਾਨੂੰ ਕੰਟ ਹੋ ਗਈਆਂ, ਆਪਾਂ ਫਤਿਹ ਬੁਲਾਉਣ ਲੱਗਾ, ਜਵਾਨ ਅੜਦੀ ਹੈ ਸਾਡੀ, ਪਤਾ ਨਹੀਂ ਗੁੱਡ ਆਫਟਰਨੂਨ ਕੀ ਬੜਾ ਹੈ, ਕੋਈ ਕਹਿੰਦਾ ਗੁੱਡ ਨਾਈਟ। ਇਹ ਗੁੱਡ ਨਾਈਟ ਵੀ ਉਦੋਂ ਜਦੋਂ ਪਰਮਾਤਮਾ ਚੇਤੇ ਆਇਆ, ਪਤਾ ਨਹੀਂ ਰਾਤ ਨੂੰ ਪ੍ਰਾਣ ਨਿਕਲ ਜਾਣ, ਗੁੱਡ ਨਾਈਟ ਕਹੀ ਰਾਤ ਨੂੰ ਰਸੁੱਲ ਦਾ ਪਾਠ ਕੀਤਾ ਅਤੇ ਪ੍ਰਾਣੀ ਚੜ੍ਹਾਈ ਕਰ ਗਿਆ। ਗੁੱਡ ਮੋਰਨਿੰਗ ਤਾਂ ਵੀ ਉਸ ਮੋਰਨਿੰਗ ਨੂੰ ਸਾਨੂੰ ਅੰਮ੍ਰਿਤ ਵੇਲਾ ਚੇਤੇ ਰਹੇ, ਬਾਣੀ ਚੇਤੇ ਆਵੇ, ਗੁੱਡ ਮੋਰਨਿੰਗ ਤਾਂ ਹੈ। ਸਾਨੂੰ ਗੁੱਡ ਮੋਰਨਿੰਗ ਵੀ ਚੇਤੇ ਹੈ, ਗੁੱਡ ਨਾਈਟ ਵੀ ਚੇਤੇ ਹੈ, ਗੁੱਡ ਆਫਟਰਨੂਨ ਵੀ ਚੇਤੇ ਹੈ, ਪਰ ਵਾਹਿਗੁਰੂ ਦੀ ਫਤਿਹ ਬੁਲਾ ਕੇ ਰਾਜੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖਾ ਤੇਰੀ ਜ਼ਬਾਨ 'ਤੇ ਵਾਹਿਗੁਰੂ ਆਵੇਗਾ, ਤੇਰੀ ਜ਼ਬਾਨ ਸੁੱਚੀ ਹੋਵੇਗੀ, ਤੇਰੇ ਕੰਨ ਸੁੱਚੇ ਹੋਣਗੇ। ਅੰਦਰ ਪ੍ਰਵੇਸ਼ ਕੀਤਾ, ਫਤਿਹ ਬੁਲਾਈ ਅਤੇ ਕਹਿਣ ਲੱਗੇ ਆਓ। ਕਹਿੰਦੇ ਗਿਆਨੀ ਜੀ ਬੇਨਤੀ ਇਉਂ ਹੈ, ਮੈਨੂੰ ਪਤਾ ਲੱਗਾ ਵੀ ਤੁਹਾਡੀ ਮਾਲੀ ਹਾਲਤ ਬੜੀ ਪਤਲੀ ਅਤੇ ਮੈਂ ਕੋਈ ਤੁਹਾਡੀ ਮਦਦ ਕਰਨਾ ਚਾਹੁੰਦਾ। ਕਹਿਣ ਲੱਗੇ ਬੜਾ ਤੁਹਾਡਾ ਧੰਨਵਾਦ, ਸ਼ੁਕਰੀਆ, ਪਰ ਇੱਕ ਮੇਰੀ ਬੇਨਤੀ ਆਪ ਜੀ ਨੂੰ। ਤੁਸੀਂ ਪਰਸੋਂ ਆਏ ਸੀ ਅਤੇ ਕਿਹਾ ਸੀ ਗਿਆਨੀ ਜੀ ਸਾਡੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ। ਤੁਸੀਂ ਪਰਸੋਂ ਮੈਨੂੰ ਕਿਹਾ ਵੀ ਤੁਸੀਂ ਗੁਰੂ ਅੱਗੇ ਅਰਦਾਸ ਕਰੋ ਅਤੇ ਅੱਜ ਤੁਸੀਂ ਮੈਨੂੰ ਦੇਣ ਲਈ ਆਇਓ। ਜਿਸ ਗੁਰੂ ਰਾਮਦਾਸ ਦੇ ਚਰਨਾਂ 'ਚ ਮੈਂ ਪਰਸੋਂ ਤੁਹਾਡੀ ਅਰਦਾਸ ਕੀਤੀ ਸੀ ਨਾ, ਮੈਂ ਉਸ ਗੁਰੂ ਰਾਮਦਾਸ ਪਾਤਸ਼ਾਹ ਕੋਲੋਂ ਮੰਗਾਂਗਾ, ਮੈਂ ਤੁਹਾਡਾ ਮੰਗਤਾ ਨਹੀਂ। ਔਰ ਮਹਾਰਾਜਾ ਰਣਜੀਤ ਸਿੰਘ ਜੀ ਨਰੁੱਤਰ ਹੋ ਕਰਕੇ ਗਿਆਨੀ ਗਣੇਸ਼ਾ ਸਿੰਘ ਦੇ ਕਮਰੇ 'ਚੋਂ ਬਾਹਰ ਹੋ ਗਏ। ਭਾਵ ਸੰਤ ਉਹ ਹੈ ਜਿਹੜਾ ਸੰਤੋਖੀ ਹੋਵੇ, ਸੰਤ ਉਹ ਹੈ ਜਿਹਦੇ ਪੱਲੇ ਸੱਤ ਹੋਵੇ। ਜੇ ਸੱਤ ਏ ਸੰਤੋਖ ਨਹੀਂ, ਲੇਬਲ ਭਾਵੇਂ ਕੋਈ ਵੀ ਲਾਈ ਰੱਖੇ ਪਰ ਉਹ ਅਜੇ ਸੰਤ ਨਹੀਂ ਜੇ ਬਣਿਆ।
संत बनेगा किवे, उदी प्रॉपर्टी की है। चीन दे एक संत का जिक्र मैं ग्रंथा च पढ़िया, उन्हां दा नाम चियांग गस्तू सी। बार सैर करन गए ते कबरां दे विच बिजू ने कबर पुट्टी ते एक मुरदे की खोपड़ी रुड़दी सी पई। उत्थे अपने सेवकां नूं चेलियां नूं कहण लगे वी पुत्रे बड़ी कम की चीज़ है, इहनूं अपने डेरे लै चलो ते नाले जिथे मेरा कमरा जिथे मैं सौना पै ना मेरे कमरे च मेरे सामने रख दे। अज सामने उन्हां दे सेवादारां ने हुक्म मन्निया, जिथे उन्हां महापुरशां दा आसन सी उहदे सामने उह खोपड़ी रख ली। दुनिया का कोई मनुख नहीं जिहदी मुखालफत ना होवे, भावें किड्डा बंदा चंगा होवे ना, हर एक की मुखालफत। यह वक्री गल है कि किसी की मुखालफत ज्यादा तो किसी की घट है। संसार किसी को माफ नहीं करता। और यदि सब तो वड्डी गवाही आप बाणी च पढ़ते हैं, धन गुरु नानक पातशाह कहिंदे, कोई आख भूतना को कह बिताला, भया दवाना शाह का, नानक बहुराना हर बिन अवरना जाना। समय दे लोकां ने धन गुरु नानक पातशाह नूं बिताला तक कहा, बिताला तो भाव बेसुरा। ते जे लोकी गुरु नानक पातशाह महाराज के संबंध में ये लफ्ज कह सकते ने ते आम मनुख के संबंध में लोग लिहाज करनगे। वह चियांग गस्तू नाम के महात्मा के विरोधी बंदे वध घट आण के बोलते ते वह महात्मा उन्होंने जवाब नहीं देते। तो जो एक बंदा चुप कर जाए ना तो लड़न वाला कहिंदा भी मैं पागल रौला पाई जावा। लड़ाई तो होंदी भी जे दोवें पासे होण ते। इत्थे एक दृष्टांत चेते आ गया, एक नूह अपनी सस तों बड़ी तंग, तो बाबिआं कोल गई जी मैनूं सस बड़ी तंग करदी, महापुरशो को मैनूं चंगा को मंत्र जंत्र दिओ। वह महात्मा जंत्र मंत्र नहीं सन करते पर दलील भज बड़े सन, समझदार सन। वह कहन लगे भी धीए आ मैं तेनू निकी जी चीज देना, जो तेरी सास रौला पावे ना उदो चुप करके अपनी दाढ़ दे थले रखनी ते कुटी जाई। जिवें आपां वहम दा शिकार हाँ कि बलाने ने बाबिआं ने आ दिता तो पता नहीं की कर देणगे। बड़ियां ठगियां होंदियां धर्म के नाते, जिन्ना धर्म के नाते लोटा है ना। दो मेरी जाति जिंदगी दे मुताबिक दो काम बड़े कामयाब ने, एक डॉक्टर एक संत बाबा। एक बंदे ने डिग्री की एम डी एम बी बी एस तो वह भी डॉक्टर, एक आर एम पी तो वह भी डॉक्टर। एक सारा दिन भगवान का भजन करता बंदगी करता त्यागी विरागी वह भी बाबा। एक ने कला चोला पाया तो मारदा ठगिया तो वह भी बाबा। असी परख नहीं करते, ये साडा एक वीक पॉइंट बड़ा कमजोर पक्ष है। गुरु कदे साडे ते मेहर करे सानू समात आ जाए। वह बीबी ने जिहड़ा महापुरश कहण लगे भी बीबी अपनी दाढ़ थले लै ली, वह सस दे सुभाव दे मुताबिक जो उन्होंने वध घट बोली तो नूह ने बाबिआं दे कहण मुताबिक दाढ़ घुटे। तो पांच सत्त मिनट सस ने चंगा रौला रापा पाया तो कहन लगी लोगों ने कहना भी पागल निहाल कौर कि मलकी तो बोलती नहीं। लड़ाई खत्म हो गई। तो जे नूह जवाब देते तो काम तत्ता हो जाना सी। लड़ाई वास्ते भी दोवें पक्ष चाहिए ने। जो उन्हें महात्मा ने जवाब ना दिता तो बंदे कहन लगे भी बाबा जी अगे तुम बोलते सी हुण क्यों नहीं बोलते। कहिंदे की बोला आ खोपड़ी बोलण नहीं देती। ये गल याद रखिया जे अपने समाज के अपने कहावत है कि विआह तो भावें रह जाइए पर मरने तो ना रह जाइए। वह भाव हों किसी की मौत को वेख के तो अपनी मौत भी चेते आएगी, किसी की मौत को वेख के ना अपनी मौत भी चेते आएगी। बाबे फरीद के श्लोकों च एक श्लोक मैं दसवीं जमात च पढ़िया सी, मैनू कदे भुलिया नहीं। ये मुड़के अंत संत ज्ञानी करतार सिंह खालसा ने दादर गुरुद्वारे द्वारा पढ़ाए।
ਉਹ ਸ਼ਲੋਕ ਹੈ, ਫਰੀਦਾ ਜਿਨ ਲੋਇਣ ਜੱਗ ਮੋਇਆ, ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਿੱਠ। ਇਹਦੀ ਭੂਮਿਕਾ ਵੀ ਪੜ੍ਹ ਲੈਣੀ ਜੇ ਕਿਸੇ ਮੇਰੇ ਭੈਣ ਭਰਾ ਨੇ ਪੜ੍ਹਨੀ ਹੋਵੇ। ਥੋੜ੍ਹਾ ਸ਼ਲੋਕ ਹੈ ਨਾ, ਉਹਦੀ ਭੂਮਿਕਾ ਦਮਦਮੀ ਟਕਸਾਲ ਵਿੱਚ ਸਾਨੂੰ ਇਹ ਪੜ੍ਹਾਈ ਗਈ। ਇੱਕ ਵੇਸਵਾ, ਉਹਨੇ ਆਪਣੀ ਨੌਕਰਾਣੀ ਨੂੰ ਆਖਿਆ ਵੀ ਸੁਰਮਾ ਰੀਝ ਨਾਲ ਬਰੀਕ ਪੀਸ ਦੇ। ਇਹ ਸ਼ਲੋਕ ਦੀ ਭੂਮਿਕਾ ਇਹ ਆ। ਹੁਣ ਵਿਚਾਰੀ ਉਹ ਨੌਕਰਾਣੀ ਲੱਗੀ ਰਹੀ ਅਤੇ ਜਦੋਂ ਉਸ ਵੇਸਵਾ ਨੇ ਸੁਰਮਾ ਪਾਇਆ ਅਤੇ ਉਹਨੂੰ ਰੜਕ ਪਈ ਅਤੇ ਉਹ ਕਹਿਣ ਲੱਗੀ ਇਹ ਤਾਂ ਡੜੀ ਰਹਿ ਗਈ ਹੈ। ਉਹਨੇ ਉਸ ਆਪਣੀ ਗੋਲੀ ਨੌਕਰਾਣੀ ਨੂੰ ਕੁੱਟਿਆ। ਸਮੇਂ ਦਾ ਚੱਕਰ, ਕੁਝ ਮਹੀਨਿਆਂ ਤੋਂ ਬਾਅਦ ਉਹ ਵੇਸਵਾ ਜਿਹੜੀ ਸੀ ਸਰੀਰ ਛੱਡ ਗਈ ਅਤੇ ਉਹਨੂੰ ਉਹਦੇ ਭਾਈਚਾਰੇ ਨੇ ਵੀ ਇਹਨੂੰ ਬਿਮਾਰੀ ਬੜੀ ਲਾ ਲਾਜ ਉਹਨੂੰ ਬਾਹਰ ਸੁੱਟ ਦਿੱਤਾ। ਜਿਹੜਾ ਮਾਸ ਸੀ ਉਹ ਕੀੜੀਆਂ ਨੇ ਪੰਛੀਆਂ ਨੇ ਸਾਰਾ ਨੋਚ ਲਿਆ ਅਤੇ ਜਿਹੜੇ ਉਹਦੀ ਅੱਖਾਂ ਦੇ ਖੋਲ ਸਨ ਉਹਦੇ 'ਚ ਅੱਕ ਦੇ ਟਿੱਡੇ ਬੈਠੇ ਨੇ। ਅਤੇ ਬਾਬਾ ਫਰੀਦ ਜੀ ਨੇ ਜਦੋਂ ਉਹਨਾਂ ਅੱਕ ਦੇ ਟਿੱਡਿਆਂ ਨੂੰ ਅੱਖਾਂ ਦੇ ਵਿੱਚ ਬੈਠਿਆਂ ਵੇਖਿਆ ਨਾ, ਹੱਡ ਦੇ ਵਿੱਚ ਜਿਹੜੀ ਖੋਪੜੀ ਸੀ, ਅਤੇ ਉਸ ਮੌਕੇ ਬਾਬੇ ਫਰੀਦ ਨੇ ਆਖਿਆ, ਫਰੀਦਾ ਜੇਨ ਲੋਇਣ ਜੱਗ ਮੋਇਆ, ਲੋਣ ਕਹਿੰਦੀ ਨੇ ਅੱਖਾਂ ਨੂੰ। ਜਿਹਨਾਂ ਅੱਖਾਂ ਨੂੰ ਵੇਖ ਕੇ ਆਪਾਂ ਕਈ ਵਾਰ ਕਹਿ ਦਿੰਦੇ ਫਲਾਣੇ ਦੀਆਂ ਅੱਖਾਂ ਬੜੀਆਂ ਸੋਹਣੀਆਂ ਹਨ, ਕਹਿੰਦੇ ਵੀ ਜਿਹੜੀਆਂ ਏਡੀਆਂ ਸੋਹਣੀਆਂ ਅੱਖਾਂ ਸਨ, ਮੈਂ ਉਹਨਾਂ ਅੱਖਾਂ ਨੂੰ ਵੇਖਿਆ ਅਤੇ ਜਿਹਨਾਂ ਅੱਖਾਂ ਵਿੱਚ ਕਦੇ ਸੁਰਮੇ ਦੀ ਮਾੜੀ ਜੀ ਡੜੀ ਰੜਕਦੀ ਸੀ ਨਾ, ਅੱਜ ਉਹਨਾਂ 'ਚ ਅੱਕ ਦੇ ਟਿੱਡੇ ਬੈਠੇ ਨੇ ਅਤੇ ਅੱਜ ਉਹ ਅੱਖਾਂ ਬੋਲਦੀਆਂ ਹੀ ਨਹੀਂ। ਇਸ ਕਰਕੇ ਉਹ ਮਹਾਤਮਾ ਕਹਿਣ ਲੱਗਾ, ਪ੍ਰੇਮੀਓ ਮੈਨੂੰ ਗੁੱਸਾ ਤਾਂ ਬੜਾ ਆਉਂਦਾ ਸੀ ਪਰ ਹੁਣ ਨਹੀਂ ਆਉਂਦਾ, ਕਿਉਂਕਿ ਜਿਹੜੀ ਇਹ ਖੋਪੜੀ ਇਹ ਬੰਦੇ ਦੀ ਖੋਪੜੀ ਹੈ, ਇਹ ਬੰਦਾ ਕਦੇ ਮੇਰੇ ਵਰਗਾ ਸੀ ਅਤੇ ਜਿਵੇਂ ਅੱਜ ਇਹ ਨਹੀਂ ਰਿਹਾ ਨਾ, ਕਦੇ ਮੈਂ ਵੀ ਨਹੀਂ ਰਹਿਣਾ। ਮੈਂ ਗੁਰਮੁਖੋ, ਇੱਕ ਗੁਰੂ ਨੇ ਕਿਰਪਾ ਸਮਝ ਲਓ ਕੀਤੀ ਹੈ, ਮੈਨੂੰ ਕਦੇ ਇੱਕ ਆਸਾ ਦੀ ਵਾਰ ਦਾ ਸ਼ਲੋਕ ਇੱਕ ਸੈਕਿੰਡ ਨਹੀਂ ਭੁੱਲਿਆ। ਜਦੋਂ ਸੌਂ ਜਾਣਾ ਉਹ ਤਾਂ ਵੱਖਰੀ ਗੱਲ ਹੈ ਨਾ, ਪਰ ਜਾਗਦਿਆਂ ਉਹ ਸ਼ਲੋਕ ਇਹ ਹੈ, ਜੇ ਰਹਿਣਾ ਨਾ ਹੀ ਐਤ ਜੱਗ ਤਾਂ ਕਾਇਤ ਗਾਰ ਵੱਡੀਏ। ਇਹ ਮੇਰੇ ਮਨ ਨੂੰ ਕੁੰਭਦਾ ਰਹਿੰਦਾ, ਜਾਂ ਰਹਿਣਾ ਨਾ ਹੀ ਐਤ ਜੱਗ ਤਾਂ ਕਾਇਤ ਗਾਰ ਬਣਡੀਓ, ਭਲਿਆ ਜੇ ਇਸ ਦੁਨੀਆਂ 'ਤੇ ਨਹੀਂ ਰਹਿਣਾ ਤਾਂ ਇੰਨਾ ਹੰਕਾਰ ਨਾ ਕਰਿਆ ਕਰ। ਤੇਰੇ ਤੋਂ ਪਹਿਲਾਂ ਕਈ ਤੁਰ ਗਏ, ਕਈਆਂ ਨੇ ਤੁਰ ਜਾਣਾ, ਕਈ ਤੁਰ ਨੂੰ ਤਿਆਰ ਨੇ। ਆਪਾਂ ਪੜ੍ਹਦੇ ਹਾਂ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪਟਣ ਬਾਜ਼ਾਰ ਹੁਕਮੀ ਟੈਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ, ਆਪਣੇ ਦਰਬ ਭਰੇ ਭੰਡਾਰ, ਰੀਤੇ ਇੱਕ ਖਿਣੇ ਤੰਬੂ ਪਲੰਘ ਨਵਾਰ, ਸਰੈਚੇ ਲਾਲਤੀ ਨਾਨਕ ਸੱਚ ਦਤਾਰ, ਸਨਾਖਤ ਕੁਦਰਤੀ। ਜੇ ਵਾਹਿਗੁਰੂ ਕਿਰਪਾ ਕਰੇ ਤਾਂ ਇਸ ਗੱਲ ਦੀ ਸਮਝ ਪੈਂਦੀ। ਕਹਿਣ ਲੱਗੇ, ਪ੍ਰੇਮੀਓ ਗੁੱਸਾ ਕਦੇ ਆਉਂਦਾ ਸੀ, ਹੁਣ ਨਹੀਂ ਜੇ ਆਉਂਦਾ, ਕਿਉਂ ਨਹੀਂ ਆਉਂਦਾ? ਕਹਿਣ ਲੱਗੇ, ਮੈਂ ਆਪਣੇ ਸਾਹਮਣੇ ਖੋਪੜੀ ਇਸ ਕਰਕੇ ਰੱਖੀ ਹੈ, ਇਹ ਖੋਪੜੀ ਮੇਰੇ ਵਰਗੇ ਕਿਸੇ ਬੰਦੇ ਦੀ ਸੀ, ਉਹ ਵੀ ਖਾਂਦਾ ਪੀਂਦਾ ਹੋਵੇਗਾ, ਅਗਰ ਉਹਦੀ ਇਹ ਅਵਸਥਾ ਹੈ ਤਾਂ ਕਦੇ ਮੇਰੀ ਵੀ ਬਣਨੀ ਹੈ। ਸਾਨੂੰ ਇੱਕ ਸਾਹੀ ਪੜ੍ਹਾਈ ਸੀ ਬਾਬਾ ਕਰਤਾਰ ਸਿੰਘ ਖਾਲਸਾ ਨੇ ਵਿਰਾਗ ਦੇ ਪੈਦਾ ਕਰਨ ਵਾਸਤੇ, ਵੀ ਇਹਨਾਂ ਸਿੰਘਾਂ ਦੇ ਜਵਾਨ ਨੇ ਅਤੇ ਮਨ 'ਚ ਵਿਰਾਗ ਆਵੇ। ਪੈਂਦੇ ਖਾਂ ਕਰਤਾਰਪੁਰ ਸਾਹਿਬ ਦੀ ਗੱਲ ਹੈ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਜੀ ਮੈਨੂੰ ਵਿਕਾਰ ਬੜੇ ਤੰਗ ਕਰਦੇ ਨੇ, ਇਹ ਆਪਾਂ ਸਾਰਿਆਂ ਨੂੰ ਤੰਗ ਕਰਦੇ, ਪੀਰ ਜੀ ਮੇਰੇ 'ਤੇ ਕਿਰਪਾ ਕਰੋ। ਅਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਂ ਵਿਕਾਰਾਂ ਦਾ ਸੁਭਾਅ ਹੀ ਬਣਿਆ ਤੰਗ ਕਰਨਾ, ਪਰ ਇਉਂ ਗੱਲ ਹੈ ਤੇਰੀ 7 ਦਿਨਾਂ 'ਚ ਮੌਤ ਹੈ, ਤੈਨੂੰ ਕਿੰਨਾ ਕੁ ਤੰਗ ਕਰ ਲੈਣਗੇ, ਧਿਆਨ ਲਿਆ ਜੇ ਸਾਖੀ ਪੱਲੇ ਬੰਨਣ ਵਾਲੀ ਸਾਡੇ ਸਾਰਿਆਂ ਦੇ। ਅਗਰ ਇਹਨੂੰ ਅਸੀਂ ਜੀਵਨ ਦਾ ਆਧਾਰ ਬਣਾ ਲਈ, ਤਾਂ ਮੇਰਾ ਮਨ ਕਹਿੰਦਾ ਵੀ ਆਪਾਂ ਗਲਤੀ ਨਹੀਂ ਕਰਾਂਗੇ, ਪਰ ਆਧਾਰ ਬਣਦਾ ਨਹੀਂ, ਪ੍ਰੈਕਟੀਕਲੀ ਕਰਨਾ ਬੜਾ ਔਖਾ ਹੈ। ਕਹਿਣ ਲੱਗੇ, ਪੈਂਦੇ ਖਾਂ 7 ਦਿਨਾਂ 'ਚ ਤੇਰੀ ਮੌਤ ਹੈ, ਵਿਕਾਰ ਕਿੰਨਾ ਕੁ ਤੰਗ ਕਰਨਗੇ। ਪੈਂਦੇ ਖਾਂ ਗੋਡਿਆਂ 'ਤੇ ਹੱਥ ਰੱਖ ਕੇ ਉੱਠਿਆ, ਆਪਣੇ ਘਰ ਗਿਆ। ਵੱਡੇ ਘਰ ਦਾ ਪਿੰਡ ਹੈ ਕਰਤਾਰਪੁਰ ਸਾਹਿਬ ਦੇ ਲਾਗੇ, ਘਰ ਗਿਆ ਅਤੇ ਬੇਗਮ ਪਾਣੀ ਲੈ ਕੇ ਆਈ ਅਤੇ ਕਹਿਣ ਲੱਗਾ, ਬੇਗਮੇ ਮੇਰਾ ਪਾਣੀ ਪੀਣ ਨੂੰ ਚਿੱਤ ਨਹੀਂ ਕਰਦਾ।
ਇੱਕ ਮੈਂ ਤੈਨੂੰ ਹੁਣੇ ਕਹਿ ਦਿਆਂ, ਮੇਰੀ ਅਰਜ਼ ਹੈ ਤੇਰੇ ਅੱਗੇ। ਬੇਗਮ ਨੂੰ ਕਹਿੰਦਾ ਤੇਰੇ ਅੱਗੇ ਮੇਰੀ ਅਰਜ਼ ਹੈ, ਕਹਿੰਦੀ ਦੱਸੋ ਮੀਆਂ ਜੀ, ਦੱਸੋ ਹੁਕਮ ਕਰੋ। ਕਹਿਣ ਲੱਗਾ ਵੀ ਬੜੀ ਬੜਾ ਰੋਟੀ ਪਾਣੀ ਖਾਧਾ ਅਤੇ ਮੇਰੀ ਰੋਟੀ ਨਾ ਪਕਾਈ, ਮੈਂ ਰੋਟੀ ਨੂੰ ਖਾਣੀ। ਕਹਿਣ ਲੱਗੀ ਗੱਲ ਕੀ ਹੈ, ਅਤੇ ਪੈਂਦੇ ਖਾਂ ਕਹਿਣ ਲੱਗਾ ਬੇਗਮ ਸਾਹਿਬਾ, ਅੱਜ ਪੀਰ ਨੇ ਕਹਿ ਦਿੱਤਾ ਪੈਂਦਿਆਂ ਤੇਰੀ ਸੱਤਾਂ ਦਿਨਾਂ 'ਚ ਮੌਤ ਹੈ, ਅਤੇ ਤੂੰ ਦੱਸ ਵੀ ਬੇਗਮੇ ਭਲਾ ਰੋਟੀ ਲੰਘ ਜਾਏਗੀ ਮੈਨੂੰ। ਬੇਗਮ ਦਾ ਮਨ ਵੀ ਪਰੇਸ਼ਾਨ ਹੋਇਆ ਕਿਉਂਕਿ ਸਿਰ ਦਾ ਸਾਈਂ ਸੀ, ਖਾਵੰਦ ਸੀ। ਹਫ਼ਤਾ ਲੰਘ ਗਿਆ, 9 ਦਿਨ ਹੋ ਗਏ। ਪੈਂਦੇ ਖਾਂ ਕਹਿਣ ਲੱਗਾ ਬੇਗਮ ਪਾਣੀ ਤਿਆਰ ਕਰ, ਮੇਰੇ ਕੱਪੜੇ ਤਿਆਰ ਕਰ, ਮੈਂ ਪੀਰ ਜੀ ਨੂੰ ਨਮਸਕਾਰ ਕਰਾਵਾਂ। ਗਿਆ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਜਾ ਕੇ ਸਿਜਦਾ ਕੀਤਾ ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੈਂਦਿਆ ਕੀ ਹਾਲ ਹੈ ਬਾਈ ਤੇਰਾ? ਕਹਿਣ ਲੱਗਾ ਪੀਰ ਜੀ ਬੇਨਤੀ ਹੋਏ ਹੈ, ਤੁਸਾਂ ਮੈਨੂੰ ਪੁੱਤਰਾਂ ਵਾਕੂ ਪਾਲਿਆ ਅਤੇ ਮੈਂ ਵੇਖਿਆ ਵੀ ਤੁਹਾਡਾ ਵਚਨ ਕਦੇ ਖਾਲੀ ਨਹੀਂ ਗਿਆ, ਪਰ ਤੁਸਾਂ ਮੈਨੂੰ ਕਿਹਾ ਸੀ ਵੀ ਤੇਰੀ 7 ਦਿਨਾਂ 'ਚ ਮੌਤ ਹੈ, ਅੱਜ 9 ਦਿਨ ਹੋ ਗਏ, ਮੈਂ ਮਰਿਆ ਨਹੀਂ। ਇਹ ਪਹਿਲਾ ਚਾਂਸ ਹੈ ਵੀ ਤੁਹਾਡਾ ਵਚਨ ਖਾਲੀ ਚਲਾ ਗਿਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੇ ਹਾਲ ਮਾਲ ਘੱਸ ਕੇ ਕਹਿਣ ਲੱਗੇ ਪੈਂਦੇ ਖਾਂ, ਅਸੀਂ ਜੋ ਕਿਹਾ ਸੀ ਠੀਕ ਕਿਹਾ ਸੀ, ਪਰ ਤੂੰ ਸਮਝਿਆ ਨਹੀਂ। ਕਹਿੰਦਾ ਜੀ ਉਹ ਕਿਵੇਂ? ਹਜ਼ੂਰ ਕਹਿਣ ਲੱਗੇ ਪੈਂਦਿਆਂ ਦਿਨਾਂ ਦੀ ਗਿਣਤੀ ਕਰ ਲਾ, ਐਤਵਾਰ ਪਾਲੇ ਪਾਸੇ ਤੋਂ ਅਲੱਗ ਸੋਮਵਾਰ ਤੱਕ ਗਿਣ, ਵੀਰਵਾਰ ਤੋਂ ਲੈ ਕੇ ਬੁੱਧਵਾਰ ਤੱਕ ਗਿਣ, ਦਿਨ 7 ਹੀ ਬਣੇ ਨੇ ਹੁਣ ਤੱਕ। ਅੰਗਰੇਜ਼ਾਂ ਦੇ ਵੀ 7 ਹੀ ਦਿਨ ਨੇ ਨਾ, ਆਪਾਂ ਵੀ 7 ਬੋਲਦੇ ਹਾਂ। ਕਹਿਣ ਲੱਗੇ ਪੈਂਦਿਆਂ ਦਿਨ 7 ਹੀ ਨੇ, ਪਰ ਤੂੰ ਦੱਸ ਵੀ ਤੇਰੇ ਵਿਕਾਰਾਂ ਦਾ ਕੀ ਹਾਲ? ਕਹਿੰਦਾ ਪੀਰ ਜੀ ਵਿਕਾਰ ਤਾਂ ਲਾਗੇ ਨਹੀਂ ਆਏ। ਕਿਉਂ ਨਹੀਂ ਲਾਗੇ ਆਏ? ਕਿਉਂਕਿ ਮੌਤ ਦਿਸਦੀ ਸੀ, ਮੌਤ। ਸੰਤ ਬਣਨ ਵਾਸਤੇ ਮੌਤ ਨੂੰ ਲਾਗੇ ਸਮਝਣਾ ਬੜਾ ਜ਼ਰੂਰੀ ਹੈ। ਮੈਂ ਬੰਜੀ ਸਭ ਤਕਰੀਬਕ ਨੁਕਤੇ 'ਤੇ ਬੇਨਤੀ ਕਰਦਾ ਰਹਿੰਦਾ। ਆਹ ਸਮੁੰਦਰੀ ਜਹਾਜ਼ ਨੇ ਨਾ, ਇਹਨਾਂ ਸਮੁੰਦਰੀ ਜਹਾਜ਼ਾਂ 'ਚ ਇੱਕ ਨਿੱਕਾ ਜਿਹਾ ਯੰਤਰ ਹੁੰਦਾ, ਉਹਨੂੰ ਕਹਿੰਦੇ ਨੇ ਕੰਪਾਸ। ਉਹ ਕੰਪਾਸ ਦੀਆਂ 2 ਸੂਈਆਂ ਹੁੰਦੀਆਂ ਨੇ, ਇੱਕ ਉੱਤਰ ਦੀ ਬਾਹੀ ਹੁੰਦੀ ਅਤੇ ਇੱਕ ਦੱਖਣ ਦੀ ਬਾਹੀ। ਹੁਣ ਉੱਥੇ ਕਿਹੜੀ ਵੀ ਸੜਕ ਹੈ ਜਾਂ ਕੋਈ ਨਿਸ਼ਾਨ ਦੀ ਹੈ, ਪਾਣੀ ਹੈ। ਲੇਕਿਨ ਉਸ ਨਿੱਕੇ ਜਿਹੇ ਯੰਤਰ ਕੰਪਾਸ ਦੇ ਨਾਲ ਜਿਹੜੇ ਜਹਾਜ਼ ਨੇ ਉਹ ਆਪਣੇ ਠੀਕ ਟਿਕਾਣੇ 'ਤੇ ਪਹੁੰਚ ਜਾਂਦੇ ਨੇ। ਇਸੇ ਤਰ੍ਹਾਂ ਗੁਰਮੁਖੋ, ਅਸੀਂ ਵੀ ਕਿਸੇ ਬੰਦਰਗਾਹ 'ਤੇ ਕਦੇ ਪਹੁੰਚਣਾ ਤਾਂ ਠੀਕ ਤਾਂ ਪਹੁੰਚਾਂਗੇ, ਸਾਡੀ ਸੂਈ 2 ਪਾਸੇ ਵਾਲਾ ਰਹੇ, ਇੱਕ ਮੌਤ ਚੇਤੇ ਰਹੇ ਅਤੇ ਇੱਕ ਪਰਮਾਤਮਾ ਚੇਤੇ ਰਹੇ। ਇੱਕ ਮੌਤ, ਇੱਕ ਪਰਮਾਤਮਾ। ਅਸੀਂ ਗਵਾਂਢੀਆਂ ਦੀ ਮੌਤ ਸੁਣੀ ਅਤੇ ਆਪਾਂ ਕਹਿੰਦੇ ਵੀ ਪੁੱਤਰ ਕੋਈ ਗੱਲ ਨਹੀਂ, ਦਰਵਾਜ਼ਾ ਭੇੜ ਕੇ ਅਤੇ TV ਹੌਲੀ ਆਵਾਜ਼ ਚਲਾ ਲਓ। ਅਸੀਂ ਸਮਝਦੇ ਵੀ ਸ਼ਾਇਦ ਇਹਨਾਂ ਦੇ ਘਰ ਮੌਤ ਹੈ, ਸਾਡੇ ਘਰ ਨਹੀਂ ਹੋਣੀ। ਪਰ ਗੁਰੂ ਕੀ ਬਾਣੀ ਕਹਿੰਦੀ ਪੜੋਸੀ ਕੇ ਜੋ ਹੁਆ ਸੋ ਆਪਣੀ ਪੀ ਜਾਨ। ਜਿਹੜੀ ਇਹ ਮੌਤ ਗੁਆਂਢੀਆਂ ਦੇ ਘਰ ਆਈ ਹੈ ਨਾ, ਦਰਵਾਜ਼ਾ ਬੰਦ ਵੀ ਕਰ ਲਏਗਾ ਅਤੇ ਇਹਨੇ ਛੱਤ ਦੇ ਉੱਪਰ ਦੀ ਲੰਘ ਕੇ ਆ ਜਾਣਾ। ਤੇਰੀ ਜ਼ਿੰਦਗੀ ਦਾ ਇੱਕ ਇੱਕ ਸਵਾਸ ਗਿਣਿਆ ਹੋਇਆ, ਨਾਣ ਘਾਲੇ ਸਭ ਦਿਵਸ ਸਾਸ, ਨੈ ਵਡਨ ਘਟਨ ਤਿਲ ਸਾਰ। ਗੁਰਮੁਖਾ, ਤੇਰੀ ਜ਼ਿੰਦਗੀ ਦਾ ਇੱਕ ਇੱਕ ਸਵਾਸ ਗਿਣਿਆ ਹੋਇਆ, ਨਾ ਇਹ ਵਧੇਗਾ ਨਾ ਇਹ ਘਟੇਗਾ, ਪਰ ਜਦੋਂ ਮੌਤ ਆਈ 3 ਚੀਜ਼ਾਂ ਲਾਜ਼ਮੀ ਨੇ, ਇੱਕ ਦੇਸ਼, ਕਾਲ ਅਤੇ ਵਸਤੂ। ਜਿਹੜੀ ਥਾਂ 'ਤੇ ਮੌਤ ਹੋਣੀ ਹੈ, ਜਿਹੜੀ ਚੀਜ਼ ਨਾਲ ਹੋਣੀ ਹੈ, ਜਿਹੜੇ ਸਮੇਂ 'ਤੇ ਹੋਣੀ ਹੈ, ਜਦੋਂ 3 ਦੀਆਂ 3 ਚੀਜ਼ਾਂ ਇਕੱਠੀਆਂ ਹੋ ਗਈਆਂ, ਕਿਸੇ ਬਚਾਉਣਾ ਨਹੀਂ ਜੇ। ਇੱਕ ਸਮਾਂ, ਇੱਕ ਵਸਤੂ ਔਰ ਇੱਕ ਉਹ ਜਗ੍ਹਾ। ਸੰਤ ਬਣਨ ਵਾਸਤੇ ਲਾਜ਼ਮੀ ਇਹ ਹੈ ਉਹ ਮੌਤ ਨੂੰ ਚੇਤੇ ਰੱਖੇ। ਸੰਤ ਦੀ ਪ੍ਰਾਪਰਟੀ ਕੀ ਹੈ, ਸੰਤ ਦੀ ਜਾਇਦਾਦ ਕੀ ਹੈ? ਆਪਾਂ ਭੋਲੇ ਲੋਕ ਆਮ ਗੱਲਾਂ ਕਰਦਿਆਂ ਕਰਦਿਆਂ ਕਹਿੰਦੇ ਗਿਆਨੀ ਜੀ ਫਲਾਂ ਨੇ ਸੰਤਾਂ ਦੇ ਡੇਰੇ ਗਏ, ਉਹਨਾਂ ਦੇ 145 ਕਮਰੇ ਨੇ ਡੇਰੇ, 145 ਕਮਰੇ, ਕਮਰਿਆਂ ਦੀ ਗਿਣਤੀ ਵੀ ਕਰ ਦਿੰਦੇ ਆ।
ਪਰ ਇਹ ਕਦੇ ਨਾ ਭੁੱਲਿਆ ਕਰੋ, ਕੋਠੇ ਮੰਡਪ ਮਾੜੀਆਂ ਇਹ ਤਾਂ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀਂ ਕੋਈ ਨਾ ਉਸੀ ਬਿੱਤ। ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਇੱਕ ਵਾਰ ਮੈਨੂੰ ਗੁਰਮੁਖ ਪਿਆਰਾ ਕਹਿੰਦਾ, ਗਿਆਨੀ ਜੀ ਤੁਹਾਡੀ ਗੱਡੀ ਕਿਹੜੀ ਹੈ? ਮੈਂ ਕਿਹਾ ਗੁਰਮੁਖਾ ਗੱਡੀ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੇਰਾ ਫੱਟਾ ਬੋਕੀ, ਉਹਦਾ ਨੰਬਰ ਵੀ ਕੋਈ ਨਹੀਂ ਅਤੇ ਬਿਨਾਂ ਨੰਬਰ ਤੋਂ ਐਨ ਟਾਈਮ ਨਾਲ ਪਹੁੰਚ ਜਾਏਗਾ, ਵਿਚਾਰਾ ਚੁੱਪ ਹੋ ਗਿਆ। ਮੈਂ ਕਿਹਾ ਜੇ ਗੱਡੀ ਲਈ ਤਾਂ ਬੜਾ ਪੁਆੜੇ ਕਰਨੇ ਪੈਂਦੇ ਨੇ ਨਾ, ਮੇਰਾ ਫੱਟਾ ਬੋਕਾ ਹੈ ਅਤੇ ਆਪੇ ਚੁੱਕਣ ਵਾਲੇ ਚੁੱਕ ਕੇ ਲੈ ਜਾਣਗੇ, ਮੈਨੂੰ ਚਿੰਤਾ ਕਾਹਦੀ। ਆ ਤੁਹਾਡੇ ਆਉਣ ਤੋਂ ਪਹਿਲਾਂ ਇੱਥੇ ਆਉਣ ਤੋਂ ਪਹਿਲਾਂ 5-4 ਦਿਨ ਦੀ ਗੱਲ ਹੈ, 16 ਤਰੀਕ ਦੀ ਸ਼ਾਇਦ, ਮੈਂ ਅੰਦਰ ਲੰਘਣ ਲੱਗਾ ਅਤੇ ਉਹਨਾਂ ਨੇ ਵੱਡਾ ਗੇਟ ਖੋਲ੍ਹਣਾ, 7-7 ਫੁੱਟ ਗੇਟ ਨੇ, ਸਮੁੰਦਰੀ ਹਾਲ ਨੂੰ ਜਾਈਏ। ਅਤੇ ਮੈਂ ਉਹਨਾਂ ਸੇਵਾਦਾਰ ਨੂੰ ਆਖਿਆ ਵੀ ਗੁਰਮੁਖੋ, ਹੁਣ ਤੁਸੀਂ 7-7 ਫੁੱਟੇ ਦਰਵਾਜ਼ੇ ਖੋਲ੍ਹ ਦਿਓ ਨਾ, ਅਤੇ ਮੇਰਾ 3 ਫੁੱਟ ਦੇ ਫੱਟੇ ਨਾਲ ਕੰਮ ਸਰ ਜਾਣਾ, ਅਤੇ ਇੰਨਾ ਹੰਕਾਰ ਨਾ ਵਧਾਓ ਮੇਰਾ, ਮੈਨੂੰ ਫੱਟਾ ਚੇਤੇ ਆ। ਤੋ ਗੁਰਮੁਖੋ, ਮੌਤ ਨੂੰ ਚੇਤੇ ਰੱਖੀਏ ਅਤੇ ਪ੍ਰਾਪਰਟੀ ਕਿਹੜੀ ਹੈ? ਕਮਰਿਆਂ ਦੀ ਨਹੀਂ, ਫਲਾਨੇ ਦੀ ਗੱਡੀ ਬੜੀ ਵਧੀਆ ਹੈ, ਫਲਾਨੇ ਦੇ ਕਮਰੇ ਬੜੇ ਵਧੀਆ। ਗੱਡੀ ਕਿੱਡੀ ਵੀ ਵੱਡੀ ਹੋਵੇ ਨਾ, ਜਾਣ ਲੱਗਿਆ ਫੱਟੇ 'ਤੇ ਜਾਣਾ, ਨੰਬਰ ਉਹਦਾ ਕੋਈ ਵੀ ਨਹੀਂ, ਜੇ ਕੋਈ ਨੰਬਰ ਨਹੀਂ ਉਹਦਾ, ਕੋਈ ਬੁਕਿੰਗ ਸ਼ੁਕਿੰਗ ਨਹੀਂ। ਲੋਈਆਂ ਭਾਵੇਂ ਕਾਸ਼ਗਰੀ ਦੀਆਂ 29-29 ਪਾ ਦੇਣ, ਫਲਾਨਾ ਬੰਦਾ ਮਰਿਆ ਜੀ ਉਹਦੇ 'ਤੇ ਗਿਆਨੀ ਜੀ ਕਾਸ਼ਗਰੀ ਦੀਆਂ ਬੜੀਆਂ ਲੋਈਆਂ ਪਈਆਂ। ਮੈਂ ਕਿਹਾ ਵੀ ਨਾਲ ਕਿੰਨੀਆਂ ਗਈਆਂ, ਉਹ ਵੀ ਜਦੋਂ ਫੱਟੇ ਰੱਖਦੇ ਨਾ ਥੱਲੇ ਸੇਵਿਆਂ 'ਚ, ਉਦੋਂ ਲੋਈਆਂ ਲਾ ਕੇ ਅਤੇ ਇਕੱਲਾ ਖੱਫਣ ਪਲੱਠੇ ਦਾ ਰਹਿ ਜਾਂਦਾ, ਅਤੇ ਜਦੋਂ ਅੱਗ ਲੱਗੀ ਉਹ ਵੀ ਨਾਲ ਨਹੀਂ ਜਾਣਾ, ਨਾਲ ਕੀ ਜਾਏਗਾ? ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਅਸੀਂ ਪੜ੍ਹਦੇ ਹਾਂ, ਜੈਸਾ ਬੀਜੇ ਸੋ ਲੁਣੇ, ਕਰਮਾਂ ਸੰਧੜਾ ਖੇਤ, ਤੇਰੇ ਕਰਮਾਂ ਦੀ ਖੇਤੀ ਹੈ। ਤੋ ਗੁਰਮੁਖੋ, ਸੰਤ ਬਣਨ ਲਈ ਸਾਨੂੰ ਪ੍ਰਾਪਰਟੀ ਚਾਹੀਦੀ, ਜਾਇਦਾਦ ਚਾਹੀਦੀ ਹੈ। ਜਿੱਡਾ ਵੱਡਾ ਬੰਦੇ ਕੋ ਮਾਲ ਮਤਾ ਹੋਵੇ, ਕਹਿੰਦੇ ਫਲਾਨਾ ਬੜਾ ਅਮੀਰ ਹੈ। ਸੰਤ ਦੀ ਪ੍ਰਾਪਰਟੀ ਕੀ ਹੈ? ਜਪਾਨ ਵਿੱਚ ਇੱਕ ਸੰਤ ਹੋਇਆ ਬੋਕੂਜ਼, ਸਾਨੂੰ ਵਿਦਾਨ ਦਾ ਇੱਕ ਮਹਾਂਪੁਰਸ਼ਾਂ ਨੇ ਸ਼ਲੋਕ ਪੜ੍ਹਾਇਆ, ਬੈਸ 12, ਚਲਤੇ 18, ਸੋਭਤ ਚਾਲੇ 30, ਮੈਥਨ ਕਰਤੇ 64, ਚਲਸੇ ਕਿਉਂ ਨਾ ਭਜੇ ਜਗਦੀਸ਼। ਇਹ ਸਾਨੂੰ ਵਿਦਾਨ ਦੀ ਪੜ੍ਹਾਈ ਕਰਾਉਂਦਿਆਂ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਨੇ ਪੜ੍ਹਾਇਆ। ਅਤੇ ਜਿਹੜੀ ਪੜ੍ਹਾਈ ਹੈ ਨਾ, ਜਾਂ ਜਵਾਨੀ, ਇਹਦੇ 'ਚ ਇੱਕ ਬਹੁਤ ਵੱਡਾ ਔਗਣ ਟੱਪਦੀ ਬੜੀ ਹੈ, ਸ਼ੰਕੇ ਬੜੇ ਕਰਦੀ। ਮੈਂ ਉਹਨਾਂ ਮਹਾਂਪੁਰਸ਼ਾਂ ਕੋਲ ਜਦੋਂ ਪੜ੍ਹਦਾ ਸਾਂ, ਅਤੇ ਇੱਕ ਮੇਰੇ ਚਾਚੇ ਸਨ, ਇੱਕ ਜਵਾਨੀ ਮੇਰੇ 'ਤੇ, ਅਤੇ ਮੈਨੂੰ ਇੱਕ ਸ਼ੰਕਾ ਪੈਦਾ ਹੋ ਗਿਆ ਵੀ ਦਸਮ ਪਾਤਸ਼ਾਹ ਕਹਿੰਦੇ, ਅਲਪਹਾਰ ਸੁਲਪ ਸੀ ਨਿੰਦਰਾ ਦਇਆ ਸ਼ਮ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਭੈ ਵੋ ਹਵੇ ਪੁੱਤਰ ਗੁਣ ਤੀ। ਅਤੇ ਭਾਈ ਗੁਰਦਾਸ ਦੀਆਂ ਵਾਰਾਂ ਮੈਨੂੰ ਬਹੁਤ ਸਾਰੀਆਂ ਕੰਠ ਨੇ, ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਮਨ ਨੂੰ, ਕਿਉਂਕਿ ਸਾਡੀ ਭਾਸ਼ਾ 'ਚ ਨੇ। ਭਾਈ ਗੁਰਦਾਸ ਕਹਿੰਦੇ, ਹੋਂ ਤਿਸ ਘੋਲ ਘਵਾਇਆ, ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ। ਮੈਂ ਮਹਾਂਪੁਰਸ਼ਾਂ ਨੂੰ ਆ ਕੇ ਵੀ, ਪਾਤਸ਼ਾਹ ਮਹਾਂਪੁਰਸ਼ੋ, ਬੇਨਤੀ ਇਹ ਹੈ ਵੀ ਜੇ ਅਸੀਂ ਖਾਵਾਂਗੇ ਕੱਖ ਨਾ ਸਮੇਂ ਨਾ, ਸਾਡੀ ਤਾਂ ਸਰੀਰ ਕਮਜ਼ੋਰ ਹੋ ਜਾਏਗਾ, ਇਹ ਚੰਗਾ? ਮੈਂ ਕਿਹਾ ਭਾਈ ਗੁਰਦਾਸ ਨੂੰ ਸਾਡੀ ਰੋਟੀ ਖਾਣ 'ਤੇ ਕੀ ਪਰੇਸ਼ਾਨੀ ਹੈ? ਕਹਿੰਦੇ ਵੀ ਸਮਾਂ ਵੀ ਘੱਟ ਅਤੇ ਖਾਓ ਵੀ ਘੱਟ। ਇੱਕ ਦਸਮ ਪਾਤਸ਼ਾਹ ਕਹਿੰਦੇ, ਅਲਪਹਾਰ ਸੁਲਪ ਸੀ ਨਿੰਦਰਾ। ਮੈਂ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੀ ਕਹਿੰਦੇ ਵੀ ਘੱਟ ਰਾਸ਼ਨ ਪਾਣੀ ਖਾ, ਸੌਂ ਵੀ ਘੱਟ। ਭਾਈ ਗੁਰਦਾਸ ਵੀ ਕਹਿੰਦੇ, ਅਤੇ ਮੈਂ ਕਿਹਾ ਪਾਤਸ਼ਾਹ ਪਾਣੀ 'ਤੇ ਲਿਖਿਆ ਰਾਜ ਰਾਜ ਭੋਜਨ ਖਾਓ ਮੇਰੇ ਭਾਈ। ਮਹਾਂਪੁਰਸ਼ ਹੱਸ ਕੇ ਮੈਨੂੰ ਕਹਿਣ ਲੱਗੇ, ਗੁਰਮੁਖਾ ਤੂੰ ਗੱਭਰੂ ਹੈ, ਤੇਰੇ 'ਤੇ ਜਵਾਨੀ ਦਾ ਪਹਿਰਾ, ਤੈਨੂੰ ਅਜੇ ਸਮਝ ਨਹੀਂ, ਜਦੋਂ ਸਮਝ ਆਈ ਨਾ ਉਦੋਂ ਤੂੰ ਬੁੱਢਾ ਹੋ ਜਾਣਾ, ਲੋੜ ਤਾਂ ਸਮਝ ਨਹੀਂ, ਹੁਣ ਜਵਾਨ ਹੋਣ ਸਮਝ। ਮੈਂ ਕਿਹਾ ਕਿਵੇਂ ਜੀ? ਉਹ ਕਹਿੰਦੇ, ਭਰਿਆ ਵਿਦਾਂਤ ਵਿੱਚ ਲਿਖਿਆ ਹੈ, ਬੈਸ 12, ਜਦੋਂ ਬੰਦਾ ਬਹਿੰਦਾ ਤਾਂ ਉਹਦੇ 12 ਸਵਾਸ ਚੱਲਦੇ ਨੇ, ਸੋਭਤ ਚਾਲੇ 30, ਜਦੋਂ ਸੌਂਦਾ ਤਾਂ 30 ਸਵਾਸ ਹੋ ਜਾਂਦੇ ਨੇ। ਜਦੋਂ ਅਸੀਂ ਗੁੱਸੇ 'ਚ ਹੁੰਦੇ ਹਾਂ ਨਾ, ਤਾਂ ਸਾਡੇ ਓਨੇ ਟਾਈਮ 'ਚ 64 ਸਵਾਸ ਚੱਲਦੇ। ਇਸ ਕਰਕੇ ਆਖਿਆ, ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਕੰਚਨ ਸੁਹਾਗਾ ਢਾਲੇ।
ਭਾਈ ਨੰਦ ਲਾਲ ਦਾ ਬਚਨ ਬੜਾ ਪ੍ਰਚਲਿਤ ਹੈ। ਉਹ ਕਹਿੰਦੇ 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਨੂੰ ਇੰਨਾ ਘਾਟਾ ਬੰਦਾ ਕੈਸੇ ਜੀਵੇ। ਇਹਦਾ ਅਰਥ ਇਹ ਹੈ ਵੀ ਬੰਦੇ ਆਪਾਂ ਭਾਵੇਂ ਮਾੜੇ ਹਾਂ, ਭਾਵੇਂ ਚੰਗੇ ਹਾਂ, ਭਾਵੇਂ ਗਰੀਬ ਹਾਂ, ਭਾਵੇਂ ਅਮੀਰ ਹਾਂ, ਆਪਾਂ ਕਦੇ ਸੋਚਿਆ ਨਹੀਂ ਆਪਣਾ 24,000 ਦਾ ਖਰਚਾ ਜੇ ਰੋਜ਼ਾਨਾ। ਜਿਵੇਂ ਆਪਾਂ ਕਹਿੰਦੇ ਕੋਈ ਗੱਲ ਨਹੀਂ ਭਾਈ ਸਾਹਿਬ ਜੀ ਬੜਾ ਸੋਹਣਾ, ਇੱਕ ਪਾਸੋਂ ਆਈ ਚਲਾਈ ਬਣੀ, ਚਾਰ ਪਾਸੇ ਆ ਜਾਂਦੇ ਨੇ, ਚਾਰ ਖਰਚੇ ਜਾਂਦੇ ਨੇ, ਆਪਾਂ ਸਾਰੇ ਕਹਿੰਦੇ ਨਾ ਇਹ ਬੜਾ ਸੋਹਣਾ ਜੀ, ਗਿਆਨੀ ਜੀ ਟਾਈਮ ਪਾਸ ਹੁੰਦਾ ਹੈ, ਰੱਬ ਦਿੱਤੀ ਜਾਂਦਾ, ਚਾਰ ਆ ਗਏ ਚਾਰ ਚਲੇ ਗਏ। ਪਰ ਗੁਰਮੁਖੋ ਇੱਕ ਆਪਾਂ ਨੂੰ ਘਾਟਾ ਪੈਂਦਾ, ਉਹ ਮਾਇਆ ਤਾਂ ਚਾਰ ਚਲੀ ਗਈ ਅਤੇ ਚਾਰ ਆ ਗਈ, ਜਿਹੜੇ ਸਾਡੇ 24,000 ਸਵਾਸ ਸਾਡੇ ਘਟਦੇ ਨੇ ਇਹ ਵੱਧਦੇ ਨਹੀਂ ਜੇ, ਇੰਨਾ ਆਪਾਂ ਨੂੰ ਘਾਟਾ ਸਾਰਿਆਂ ਨੂੰ ਪਈ ਜਾਂਦਾ। ਭਾਈ ਨੰਦ ਲਾਲ ਦੇ ਬੋਲ, 24,000 ਖਰਚ ਬੰਦੇ ਦਾ, ਸਾਡਾ 24,000 ਦਾ ਖਰਚਾ ਆਮਦਨ ਮੂਲ ਨਾ ਥੀਵੇ ਅਤੇ ਆਮਦਨ ਪੂਰਾ ਵੀ ਨਹੀਂ, ਜਿਸ ਬੰਦੇ ਨੂੰ ਇੰਨਾ ਘਾਟਾ ਇਹ ਬੰਦਾ ਕੈਸੇ ਜੀਵੇ। ਭਾਈ ਨੰਦ ਲਾਲ ਜੀ ਕਹਿੰਦੇ ਵੀ ਮੈਂ ਹੈਰਾਨ ਹਾਂ ਵੀ ਇਹ ਬੰਦਾ ਹੱਸਦਾ ਬੜਾ ਹੈ ਅਤੇ ਘਾਟਾ ਇਹਨੂੰ ਇੰਨਾ ਪੈਂਦਾ ਵੀ ਇਹਨੂੰ ਕਦੇ ਖਿਆਲ ਹੀ ਨਹੀਂ ਆਇਆ। ਸੰਤ ਉਹ ਹੈ ਜਿਹੜਾ ਸਵਾਸਾਂ ਦੀ ਪੂੰਜੀ ਨੂੰ ਸਾਂਭ ਕੇ ਰੱਖੇ, ਜਿਹਨੇ ਸਵਾਸਾਂ ਨੂੰ ਸਫਲਾ ਕਰ ਲਿਆ। ਉਹ ਬਹੁਕੁਜ ਨਾਮ ਦਾ ਸੰਤ ਰਾਤ ਨੂੰ ਸੌਂਦਾ ਨਹੀਂ, ਸੌਂਦਾ ਬਹੁਤਾ ਉਹ ਜਿਹਨੂੰ ਰੱਬ ਭੁੱਲਾਵੇ, ਜਿਹਨੂੰ ਰੱਬ ਚੇਤੇ ਆਵੇ ਨਾ, ਨੀਂਦ ਨਹੀਂ ਆਉਂਦੀ ਗੁਰਮੁਖੋ, ਨੀਂਦ ਨਹੀਂ ਆਉਂਦੀ, ਘੱਟ ਆਉਂਦੀ। ਉਹ ਬਹੁਕੁਜ ਨਾਮ ਦਾ ਸੰਤ ਸੌਂਦਾ ਨਹੀਂ ਅਤੇ ਉਸ ਨਗਰ ਦਾ ਰਾਜਾ ਜਦੋਂ ਰਾਤ ਨੂੰ ਕਿਤੇ ਗੇੜਾ ਕੱਢਦਾ ਅਤੇ ਵੇਂਹਦਾ ਵੀ ਬਾਬੇ ਬੈਠੇ ਹੋਏ ਨੇ, ਸੰਤ ਬੈਠੇ ਨੇ। 2 ਮਹੀਨੇ ਉਹਨੇ ਲਗਾਤਾਰ ਵੇਖਿਆ, ਆਖਿਰਕਾਰ ਆਇਆ ਅਤੇ ਕਹਿੰਦਾ ਬਾਬਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ। ਕਹਿੰਦੇ ਵੀ ਰਾਜਾ ਕਰੋ, ਦੱਸੋ ਹੁਕਮ ਕਰੋ, ਕੀ ਗੱਲ ਹੈ। ਕਹਿਣ ਲੱਗਾ ਜੀ 2 ਮਹੀਨੇ ਹੋ ਗਏ ਲਗਾਤਾਰ ਮੈਂ ਰਾਤ ਨੂੰ ਜਨਤਾ ਦਾ ਦੁੱਖ ਸੁੱਖ ਵੇਖਣ ਲਈ ਨਗਰ 'ਚ ਗੇੜਾ ਮਾਰਦਾ, ਪਰ ਮੈਂ ਜਦੋਂ ਵੀ ਤੁਹਾਡੇ ਡੇਰੇ ਵਿੱਚ ਝਾਤੀ ਮਾਰਦਾ ਨਾ, ਤੁਸੀਂ ਬੈਠੇ ਹੁੰਦੇ ਜੀ, ਕੀ ਗੱਲ ਹੈ। ਤੁਸੀਂ ਮੇਰੇ ਨਗਰ ਦਿਓ, ਜੇ ਕੋਈ ਤੁਹਾਨੂੰ ਲੋੜ ਹੈ, ਪਰੇਸ਼ਾਨੀ, ਤਾਂ ਮੈਨੂੰ ਹੁਕਮ ਕਰੋ ਵੀ ਮੈਂ ਤੁਹਾਡੀ ਸੇਵਾ ਕਰਾਂ। ਉਹ ਮਹਾਤਮਾ ਕਹਿਣ ਲੱਗੇ, ਰਾਜਨ ਨੀਂਦ ਤਾਂ ਆਉਂਦੀ ਹੈ ਪਰ ਮੈਂ ਸੌਂਦਾ ਨਹੀਂ, ਇਸ ਕਰਕੇ ਵੀ ਮੇਰਾ ਸਮਾਨ ਚੋਰੀ ਨਾ ਹੋ ਜਾਏ, ਸਮਾਨ ਨਾ ਚੋਰੀ ਹੋ ਜਾਏ। ਰਾਜਾ ਕਹਿਣ ਲੱਗਾ, ਬਾਬਾ ਜੀ ਗੁਸਤਾਖੀ ਮਾਫ, ਤੁਹਾਡੇ ਡੇਰੇ ਵਿੱਚ ਚੋਰੀ ਵਾਲੀ ਚੀਜ਼ ਕਿਹੜੀ ਹੈ? ਮੈਂ ਤਾਂ ਜੋ ਵੇਖਿਆ ਵੀ ਇੱਕ ਤੁਹਾਡੇ ਕੋਲ ਝੱਜਰ ਹੈ ਮਿੱਟੀ ਦੀ, ਉੱਪਰ ਬਾਟੀ ਹੈ ਪਿੱਤਲ ਦੀ, ਪਾਟਾ ਜਿਹਾ ਕੰਬਲ ਹੈ, ਹੋਰ 5ਵੀਂ 4ਵੀਂ ਚੀਜ਼ ਹੀ ਕੋਈ ਨਹੀਂ, ਤਾਂ ਚੋਰੀ ਕਾਹਦੀ, ਤੁਸੀਂ ਹੁਕਮ ਕਰੋ। ਉਹ ਬਹੁਕੁਜ ਨਾਮ ਦਾ ਸੰਤ ਕਹਿਣ ਲੱਗਾ, ਰਾਜਨ ਮੈਂ ਝੱਜਰ ਦੀ ਰਾਖੀ ਨਹੀਂ ਕਰਦਾ, ਮੈਂ ਕੰਬਲ ਅਤੇ ਬਾਟੀ ਦੀ ਰਾਖੀ ਨਹੀਂ ਕਰਦਾ। ਕਿਉਂ? ਤੂੰ ਮੈਨੂੰ ਕਿਹਾ ਨਾ ਵੀ ਮੈਨੂੰ ਹੁਕਮ ਕਰੋ ਵੀ ਮੈਂ ਤੁਹਾਡੀ ਸੇਵਾ ਕਰਾਂ, ਤੂੰ ਭਾਈ ਰਾਜਾ ਹੈ, ਤੂੰ ਮੈਨੂੰ ਮਿੱਟੀ ਦੀ ਝੱਜਰ ਦੇ ਥਾਂ 'ਤੇ ਚਾਂਦੀ ਦਾ ਘੜਾ ਬਣਾ ਕੇ ਦੇ ਸਕਦਾ, ਪਿੱਤਲ ਦੀ ਬਾਟੀ ਦੀ ਥਾਂ 'ਤੇ ਤੂੰ ਮੈਨੂੰ ਲੋਹੇ ਦਾ ਭਾਂਡਾ ਬਣਾ ਕੇ ਦੇ ਸਕਦਾ, ਪਾਟੇ ਕੰਬਲ ਦੀ ਥਾਂ 'ਤੇ ਰੇਸ਼ਮ ਦਾ ਕੰਬਲ ਮੈਨੂੰ ਲੈ ਕੇ ਦੇ ਸਕਦਾ। ਜਿਹੜੀ ਚੀਜ਼ ਮੁੱਲ ਮਿਲ ਜਾਵੇ ਉਹ ਬਕੀਮਤੀ ਨਹੀਂ, ਜਿਹੜੀ ਚੀਜ਼ ਮੁੱਲ ਮਿਲ ਜਾਏ ਨਾ ਉਹ ਬਕੀਮਤੀ ਨਹੀਂ। ਰਾਜਨ ਮੈਂ ਰਾਤ ਨੂੰ ਤਾਂ ਨਹੀਂ ਸੌਂਦਾ, ਜਿਹੜਾ ਸਵਾਸ ਮੇਰੇ ਹੱਥੋਂ ਚਲਿਆ ਗਿਆ ਮੁੜ ਕੇ ਨਹੀਂ ਆਉਣਾ, ਮੈਂ ਸਵਾਸਾਂ ਦੀ ਪੂੰਜੀ ਨੂੰ ਸਾਂਭ ਕੇ ਰੱਖਦਾ। ਮੇਰੇ ਭੈਣੋ ਭਰਾਓ ਗੁਰਮੁਖੋ, ਤੁਹਾਡੇ ਪੌਂਡ ਚੱਲਦੇ ਨੇ, ਕਿਤੇ ਯੂਰੋ ਹੈ, ਕਿਤੇ ਡਾਲਰ ਹੈ, ਕਿਤੇ ਰੁਪਈਆ ਹੈ, ਕਾਗਜ਼ ਨੇ, ਪਰ ਜਿਹੜੇ ਕਾਗਜ਼ 'ਤੇ ਮੋਹਰ ਲੱਗ ਜਾਏ ਉਹ ਕਾਗਜ਼ ਪੌਂਡ ਬਣ ਗਿਆ, ਉਹ ਯੂਰੋ ਬਣ ਗਿਆ, ਉਹ ਰੁਪਈਆ ਬਣ ਗਿਆ। ਇਸੇ ਤਰ੍ਹਾਂ ਸਾਡੇ ਸਵਾਸ ਕਿਸੇ ਵੀ ਕੰਮ ਨਹੀਂ, ਪਰ ਜੇ ਕਿਤੇ ਉਹਨਾਂ ਸਵਾਸ ਲੈਂਦੇ ਹਾਂ ਅਸੀਂ ਪਰਮਾਤਮਾ ਦਾ ਨਾਮ ਰਾਮ ਲੈ ਲਈਏ, ਵਾਹਿਗੁਰੂ ਕਹਿ ਦਈਏ, ਅੱਲਾ, ਜੋ ਜੋ ਕਿਸੇ ਦਾ ਧਰਮ ਹੈ, ਅਤੇ ਸਾਡਾ ਸਵਾਸ ਬਕੀਮਤਾ ਹੋ ਸਕਦਾ, ਸਾਡਾ ਸਵਾਸ ਕੀਮਤੀ ਹੋ ਸਕਦਾ,
ਇਸ ਕਾਰਨ ਕਰਕੇ ਸਾਡੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਫਰਮਾਇਆ ਪਿਆਰਿਆ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ। ਇੱਕ ਇੱਕ ਸਵਾਸ ਨਾਲ ਪਰਮਾਤਮਾ ਨੂੰ ਚੇਤੇ ਕਰ, ਤੇਰੀਆਂ ਚਿੰਤਾਵਾਂ ਦੂਰ ਹੋ ਜਾਣ। ਚੇਤਾਈ ਤਾਂ ਚੇਤ ਸਹਿਬ ਸੱਚਾ ਸੋ ਧਣੀ। ਸੰਤ ਉਹ ਹੈ ਜਿਹੜਾ ਸਵਾਸਾਂ ਦੀ ਪੂੰਜੀ ਨੂੰ ਸਾਂਭ ਕੇ ਰੱਖੇ। ਜਿੱਥੋਂ ਮੈਂ ਆਰੰਭ ਕੀਤਾ ਸੀ, ਜਿਹਨਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ, ਉਹ ਧਨਤਾ ਦੇ ਯੋਗ ਨੇ। ਸਹੀ ਤੋਂ ਭਾਵ ਉਹ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਔਰ ਜੇ ਉਹੋ ਜੇ ਗੁਰਮੁਖ ਕਿਤੇ ਹੋਣ ਤੇ ਉਹਨਾਂ ਦੇ ਸੰਬੰਧ ਵਿੱਚ ਆਪਾਂ ਗੁਰੂ ਕੀ ਬਾਣੀ ਅਰਦਾਸ ਵਿੱਚ ਜਿਹੜੀ ਸਾਡੀ ਪੰਥ ਪ੍ਰਵਾਨਿਤ ਅਰਦਾਸ ਹੈ, ਅਸੀਂ ਕਹਿੰਦੇ ਸਹੀ ਪਿਆਰੇ ਮੇੜ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਅਤੇ ਨਾਮ ਕਿੰਨਾ ਨੂੰ ਮਿਲਿਆ ਚੇਤੇ ਆਵੇਗਾ, ਜਿਹੜੇ ਨਾਮ ਜਪਦੇ ਹੋਣਗੇ। ਜੁਆਰੀਏ ਨੂੰ ਮਿਲਾਂਗੇ ਤਾਂ ਜੂਆ ਚੇਤੇ ਆਵੇਗਾ, ਕਿਸੇ ਗਲਤ ਅਨਸਰ ਨੂੰ ਮਿਲਾਂਗੇ ਤਾਂ ਸਾਡਾ ਸੁਭਾਅ ਗਲਤ ਹੋ ਜਾਏਗਾ। ਸੰਤ ਵਿੱਚ ਇੰਨੀ ਤਾਕਤ ਹੈ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਹੋਤ ਨਿਹਾਲ। ਪਰਮੇਸ਼ਰ ਦੇ ਪਿਆਰੇ ਨੂੰ ਮਿਲਣ ਦੇ ਨਾਲ ਮਿਹਨਤ ਕਰਨ ਦੀ ਗੱਲ ਤਾਂ ਇੱਕ ਪਾਸੇ, ਗੁਰਮੁਖਾ ਦਰਸ਼ਨ ਕਰਨ ਦੇ ਨਾਲ ਹੀ ਤੇਰੇ ਦੁੱਖ ਕੱਟੇ ਜਾਣਗੇ। ਨਿਹਾਲ ਤੋਂ ਭਾਵ ਦੁੱਖ ਤੋਂ ਰਹਿਤ ਹੋਣਾ, ਸਾਧ ਕੇ ਸੰਗ ਪਰਮੇਸ਼ਰ ਦੇ ਪਿਆਰੇ ਦੀ ਸੰਗਤ ਕਰਨ ਕਰਕੇ। ਨਹੀਂ ਕਛ ਕਾਲ, ਤੈਨੂੰ ਕੁਝ ਕਰਨ ਦੀ ਲੋੜ ਨਹੀਂ, ਦਰਸ਼ਨ ਭੇਟ ਹੋਤ ਨਿਹਾਲ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਤੇਰੇ ਦੁੱਖ ਕੱਟੇ ਜਾਣਗੇ। ਔਰ ਇਸ ਕਾਰਨ ਕਰਕੇ ਸਾਡੇ ਵਡੇਰਿਆਂ ਨੇ ਅਰਦਾਸ ਵਿੱਚ ਸ਼ਬਦ ਸ਼ਾਮਿਲ ਕੀਤੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਹੇ ਵਾਹਿਗੁਰੂ, ਉਹ ਗੁਰਮੁਖ ਜਨ ਸਾਨੂੰ ਮਿਲਾ ਜਿਨ੍ਹਾਂ ਦੇ ਮਿਲਣ ਕਰਕੇ ਸਾਨੂੰ ਤੇਰਾ ਨਾਮ ਚੇਤੇ ਆਵੇ। ਤੋ ਗੁਰਮੁਖੋ, ਗੁਰੂ ਅੱਗੇ ਅਰਦਾਸ ਕਰੀਏ ਕਿ ਸਾਨੂੰ ਇਹੋ ਜਿਹੇ ਗੁਰਮੁਖ ਗੁਰੂ ਕੇ ਸਿੱਖ ਮਿਲਣ ਜਿਨ੍ਹਾਂ ਦੀ ਸੰਗਤ ਕਰਕੇ ਸਾਨੂੰ ਵਾਹਿਗੁਰੂ ਚੇਤੇ ਆਵੇ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕਿਉਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫ਼ੀ। ਅਤੇ ਇੱਕ ਜਿਵੇਂ ਕੋਈ ਕਹਿੰਦਾ ਕਿ ਮੈਂ ਸਕੂਲ ਖੋਲ੍ਹਿਆ, ਕੋਈ ਕਹਿੰਦਾ ਮੈਂ ਬੀਬੀਆਂ ਨੂੰ ਪੜ੍ਹਾਉਣਾ ਅਤੇ ਮੈਨੂੰ ਸੇਵਾ ਕਰੋ, ਗਰਾਈ ਇੱਕ ਮੈਂ ਗਰਾਈ ਕਰਦਾ, ਉਹ ਇਹ ਕਰਦਾ ਵੀ ਅਸੀਂ ਜਿਹੜੇ ਤੁਹਾਡੀ ਕੌਮ ਦੇ ਪ੍ਰਚਾਰਕ ਹਾਂ ਨਾ, ਸਾਡੀ ਕਹਿਣੀ ਅਤੇ ਕਥਨੀ ਇੱਕ ਨਹੀਂ। ਅਸੀਂ ਸਟੇਜਾਂ 'ਤੇ ਬੜਾ ਕੁਝ ਬੋਲਦੇ ਪਰ ਆਪਣੇ ਭਲੇ ਕੱਖ ਨਹੀਂ, ਸਾਡੀ ਪ੍ਰੈਕਟੀਕਲ ਜੀਵਨ ਨਹੀਂ। ਤੁਸੀਂ ਗੁਰੂ ਕੀ ਸੰਗਤ ਬਖਸ਼ਣ ਯੋਗ ਹੋ, ਤੁਸੀਂ ਗੁਰੂ ਅੱਗੇ ਅਰਦਾਸ ਕਰੋ ਕਿ ਅਸੀਂ ਜੋ ਤੁਹਾਨੂੰ ਕਹੀ ਲਿਆ ਨਾ, ਅਸੀਂ ਪਹਿਲਾਂ ਉਹਦੀ ਕਮਾਈ ਆਪ ਕਰੀਏ, ਸਾਡਾ ਜੀਵਨ ਦੂਰਾ ਨਾ ਹੋਵੇ। ਇਹ ਕਿਉਂਕਿ ਸੰਗਤ ਵਿੱਚ ਬੜੀ ਤਾਕਤ ਹੈ, ਤੁਸੀਂ ਗੁਰੂ ਅੱਗੇ ਸਾਡੇ ਲਈ ਅਰਦਾਸ ਕਰੋ। ਮੈਂ ਇਹ ਗਰਾਹੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਉਹ ਗੁਰਮੁਖ ਉਹ ਗੁਰਸਿੱਖ ਜਿਹੜੇ ਗੁਰੂ ਦੀ ਗੱਲ ਕਰਦੇ ਲੋਕਾਂ ਨੂੰ ਕਹਿੰਦੇ ਨੇ, ਉਹ ਕਿਤੇ ਆਪ ਵੀ ਜਪਣ, ਉਹਨਾਂ ਦਾ ਜੀਵਨ ਪ੍ਰੈਕਟੀਕਲੀ ਹੋਵੇ, ਵਿਖਾਲੇ ਮਾਤਰ ਨਾ ਹੋਵੇ। ਕਿਉਂਕਿ ਸੰਗਤ ਦੀ ਬਹੁਤ ਮਾਨਤਾ ਹੈ, ਕਿਉਂਕਿ ਆਪਾਂ ਪੜ੍ਹਨੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਉ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਮੇਰੇ ਲਈ ਤੁਸੀਂ ਅਰਦਾਸ ਕਰੋ ਕਿ ਸਤਿਗੁਰੂ ਪਾਤਸ਼ਾਹ ਮੇਰੇ 'ਤੇ ਕਿਰਪਾ ਕਰਨ, ਜਿੰਨਾ ਚਿਰ ਜੀਵਨ ਹੈ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਵਡਿਆਈ ਕਰਾਂ, ਜਦੋਂ ਇਹ ਪ੍ਰਾਣ ਨਿਕਲਣ ਉਦੋਂ ਮੈਨੂੰ ਪਾਤਸ਼ਾਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਇਹ ਮੇਰੀ ਮੰਗ ਹੈ, ਇਹ ਮੇਰੀ ਗਰਾਹੀ ਹੈ। ਗੁਰੂ ਸਾਡੇ ਸਾਰਿਆਂ 'ਤੇ ਦਇਆ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।